ਅਸੀਂ ਧੰਨਵਾਦੀ ਹਾਂ ਦਿਆਲ ਸਿੰਘ, ਪੂਰਨ ਸਿੰਘ, ਲਾਜਵੰਤ ਸਿੰਘ ਲਾਟੀ, ਬਿਕਰਮਜੀਤ ਸਿੰਘ ਐਨੇਕੋਟ, ਸਤਨਾਮ ਸਿੰਘ ਜੀ ਪੰਜਾਬ ਦੀ ਧਰਤੀ ਦੇ ਮਹਾਨ ਸੂਰਮੇ, ਨਵਤੇਜ ਸਿੰਘ ਜੀ ਗੱਗੂ ਬਟਾਲਾ, ਉੱਥੇ ਭਾਈ ਜਗਰਾਜ ਸਿੰਘ ਤਫਾਨ ਦੇ ਜੀਜਾ ਜੀ, ਸਤਵਿੰਦਰ ਸਿੰਘ ਜੀ ਰਾਜੂ ਬੇਲਾ, ਸਤਵਿੰਦਰ ਸਿੰਘ ਜੀ ਕੋਟਲੀ, ਪੂਰਨ ਸਿੰਘ ਜੀ ਦਕੋਹਾ ਤੇ ਉਹਨਾਂ ਦੇ ਜਮਾਤ, ਟਾਸ ਵਿਨਰ ਤੇ ਪਹਿਲੇ ਹੋ ਚੁੱਕੀ ਹੈ, ਜਿਹੜੀ ਟੀਮ ਪਹਿਲਾਂ ਆਈ ਹੈ ਉਹ ਟਾਸ ਵਿਨਰ ਹੈ। ਫਰੰਦੀਪੁਰੀਏ ਪੈਰ ਪੁੱਟੋ, ਗੋਪੀ ਫਰੰਦੀਪੁਰ ਦਾ ਦੁਨੀਆਂ ਦਾ ਮਹਾਨ ਜਾਫੀ ਹੈ ਕਿ ਸੁਰ ਸਿੰਘ ਲਾਗੇ ਫਰੰਦੀਪੁਰ ਪਿੰਡ ਪੈਂਦਾ, ਹੋਇਆ ਪਿੰਡੀ ਚੰਦ ਜਿੱਥੋਂ ਦਾ ਛੀਨਿਆਂ ਦਾ, ਉੱਥੋਂ ਦਾ ਫਰੰਦੀਪੁਰ ਦਾ ਗੋਪੀ ਲੋਕੋ ਮੁੱਲ ਪੈਂਦਾ ਜਿਹਦੇ ਪਸੀਨਿਆਂ ਦਾ। ਸਾਹਮਣੇ ਫਰੰਦੀਪੁਰ ਦੀ ਟੀਮ ਨੇ ਵੀ ਧਰਤੀ ਮਾਂ ਨੂੰ ਮੱਥਾ ਟੇਕ ਦਿੱਤਾ, ਨੌਜਵਾਨ ਮੈਦਾਨ ਦੇ ਵਿੱਚ ਆ ਗਏ। ਹਾਂਜੀ, ਮੈਂ ਬੇਨਤੀ ਕਰਦਾ ਬਾਕੀ ਦੇ ਖਿਡਾਰੀ ਜਿਹੜੇ ਉਹ ਵੀ ਜਲਦੀ ਤੋਂ ਜਲਦੀ ਪਹੁੰਚਣ ਕਿ ਜਦੋਂ ਗੱਭਰੂ ਕਬੱਡੀ ਖੇਡਣ ਦੇ ਲਈ ਆਉਂਦੇ ਨੇ ਖੇਡ ਮੈਦਾਨ ਅੰਦਰ, ਧਰਤੀ ਮਾਂ ਨੂੰ ਉਦੋਂ ਸਰੂਰ ਆਉਂਦਾ ਗਾਉਣ ਦੀ ਗੀਤ ਹੈ ਉਹ ਵੀ ਤਾਂ ਅੰਦਰ। ਜੋੜਾ ਸਾਹਿਬ ਜਿਹਨਾਂ ਦੇ ਰਹਿ ਗਏ, ਜੋੜਾ ਸਾਹਿਬ ਲੈ ਗਏ ਪਲੀਜ਼। ਗਿੰਦਰ ਥਾਂਦਿਆਂ ਦੀ ਧਰਤੀ ਦਾ ਆ ਗਿਆ, ਮੈਨੂੰ ਪੰਜ ਵਰ ਦੀ ਧਰਤੀ ਦਾ ਆ ਗਿਆ। ਪੰਜਾਬ ਦਾ ਪ੍ਰਸਿੱਧ ਖਿਡਾਰੀ ਜੋਗਨ ਚੋਲਾ ਸਾਹਿਬ, ਜਿਹੜਾ ਨੌਜਵਾਨ ਉਸ ਧਰਤੀ ਤੇ ਪੈਦਾ ਹੋਇਆ ਜਿੱਥੋਂ ਦਾ ਸੁਖਮਨ ਸਾਡੇ ਦਰਮਿਆਨ ਨਹੀਂ ਰਿਹਾ, ਇਹ ਜੋਗਨ ਦਾ ਵੀ ਵੱਡਾ ਨਾਮ ਹੈ। ਛੋਟਾ ਗਿੰਦਰ ਥਾਂਦਿਆਂ ਦੀ ਧਰਤੀ ਦਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਾਲੀ ਸ਼ੋ ਪ੍ਰਾਪਤ ਧਰਤੀ ਹੈ, ਗੁਰਦੁਆਰਾ ਚਵੱਜਾ ਸਾਹਿਬ ਦੀ ਧਰਤੀ ਤੇ ਪਿੱਛੇ ਪਿੱਛੇ ਹਰਚੰਦ ਲਾਠਨੇ ਵਾਲਾ ਆਰਜਨ ਆਵਾਜ਼ੀ ਹਰਦੀਪ ਸਿੰਘ ਗਿੱਲ ਦਾ ਪੇਂਡੂ ਧਰਤੀ ਮਾਂ ਨੂੰ ਮੱਥਾ ਟੇਕਦਾ ਕਿ ਦਿੰਦੀ ਗਿੱਦੜੀ ਜਨਮ ਹੈ ਗਿੱਦੜਾਂ ਨੂੰ, ਪਰ ਸ਼ੇਰ ਨਹੀਂ ਸਕਦੀ ਸ਼ੇਰ ਪੈਦਾ, ਜੇਕਰ ਵਿੱਚ ਜ਼ਮੀਨ ਦੇ ਗਿੱਲ ਹੋਵੇ ਫਸਲ ਹੁੰਦੀ ਹੈ ਜ਼ਮੀਨ ਕਿਉਂ ਫੇਰ ਪੈਦਾ, ਚੰਨ ਪੁੰਨਿਆ ਦਾ ਰਾਤ ਨੂੰ ਦਿਨ ਚਾਰੇ ਸਦਾ ਮੱਸਿਆ ਕਰਦੀ ਹਨੇਰ ਪੈਦਾ, ਕੀਤੀ ਤਪੱਸਿਆ ਹੋਵੇ ਜਿਹਨਾਂ ਮਾਪਿਆਂ ਨੇ ਹੁੰਦੇ ਉਹਨਾਂ ਦੇ ਘਰ ਪਲੇ ਸਰ। ਬਾਕੀ ਦੇ ਜਿਹੜੇ ਪਲੇਅਰ ਹੈ ਆ ਗਏ ਦੇ ਪਲੇਅਰ ਮੈਂ ਸਟਾਰਟ ਕਰੀਏ ਜਾਂ ਰਹਿੰਦੇ ਕੁਛ ਬੰਦੇ? ਹਾਂਜੀ, ਜਿਹੜੇ ਰਹਿੰਦੇ ਪਲੇਅਰ ਆ ਵੀ ਖੇਡ ਮੈਦਾਨ ਵਿੱਚ ਆ ਜਾਣਗੇ। ਦੋਵਾਂ ਟੀਮਾਂ ਖੇਡ ਮੈਦਾਨ ਵਿੱਚ ਪੁੱਜ ਚੁੱਕੀਆਂ ਹੈ, ਜੋ ਰਹਿੰਦੇ ਪਲੇਅਰ ਉਹ ਵੀ ਖੇਡ ਮੈਦਾਨ ਵਿੱਚ ਆ ਜਾਣਗੇ, ਸਾਡੀ ਬੇਨਤੀ ਹੈ। ਆ ਗਏ ਨੇ ਖਿਡਾਰੀ, ਦੇਖੋ ਖੇਡ ਕੇ ਤਿਆਰ। ਹਾਂਜੀ, ਦੁਨੀਆਂ ਦਾ ਮਹਾਨ ਜਾਫੀ ਗੋਪੀ ਫਰੰਦੀਪੁਰ ਤਾਲੀ ਮਾਰ ਦਿਓ ਕਿ ਸੁਰ ਸਿੰਘ ਲਾਗੇ ਫਰੰਦੀਪੁਰ ਪਿੰਡ ਪੈਂਦਾ, ਹੋਇਆ ਜਿੱਥੋਂ ਦਾ ਬਿਧੀ ਚੰਦ ਛੀਨਿਆਂ ਦਾ, ਉੱਥੋਂ ਦਾ ਸਰਦੂਲ ਸਿੰਘ ਦਾ ਪੁੱਤ ਲੋਕੋ ਮੁੱਲ ਪੈਂਦਾ ਜਿਹਦੇ ਪਸੀਨਿਆਂ ਦਾ, ਗੱਜ ਚੌੜੀ ਗੱਭਰੂ ਦੀ ਛਾਤੀ ਤੇ ਕੋਈ ਮੁੱਲ ਨੀ ਇਹੋ ਜਿਹੇ ਸੀਨਿਆਂ ਦਾ। ਫਰੰਦੀਪੁਰ ਦੇ ਗੋਪੀ ਨੂੰ ਮਹਾਨ ਸੂਰਮੇ ਦੀ ਧਰਤੀ ਤੇ ਪਹੁੰਚਣ ਤੇ ਜੀ ਆਇਆ, ਜਿਹਨੂੰ ਕਬੱਡੀ ਦਾ ਹਿਮਾਲਾ ਪਰਬਤ ਕਿਹਾ ਗਿਆ। ਕਾਬਲ ਸਿੰਘ ਜੀ ਮਾਰਦੇ ਗੁਸਲ ਤੇ ਕਰਾ ਦੇ ਆਪਾਂ ਮੈਚ ਸ਼ੁਰੂ। ਖੇਡ ਕਬੱਡੀ ਦੀ ਗੱਲ ਤੇ ਸਭ ਤੋਂ ਪਹਿਲਾਂ ਕਬੱਡੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਭਾਈ ਜਗਰਾਜ ਸਿੰਘ ਤਫਾਨ ਨੂੰ ਇੱਕ ਵਾਰੀ ਫਿਰ ਯਾਦ ਕਰੀਏ ਕਿ ਛੋਟੀ ਉਮਰੇ ਇਤਿਹਾਸ ਦੇ ਪੰਨਿਆਂ ਤੇ ਬਾਹਰ ਮੋਤੀਆਂ ਆਪਣਾ ਨਾਮ ਜੜ ਗਿਆ। ਕੀਮਾ ਖੁੱਡੀ ਦੀ ਧਰਤੀ ਦਾ ਉਹ ਸੂਰਮਾ ਸੀ, ਵੀਰ ਪੰਜਾਂ ਭੈਣਾਂ ਦਾ ਹਕੂਮਤਾਂ ਦੇ ਮੋਹਰੇ ਖੜ ਗਿਆ, ਉਹਨੂੰ ਹਿੰਦੂ ਸਿੱਖ ਸੀ ਸਾਰੇ ਪਿਆਰ ਕਰਦੇ, ਸਾਰੀਆਂ ਕੌਮਾਂ ਦੇ ਸੀ ਦਿਲਾਂ ਦੇ ਵਿੱਚ ਵੜ ਗਿਆ। ਉਹ ਹੋਰ ਹੂ ਕਿਸੇ ਤੋਂ ਹੋਣੇ ਨੀ ਕੰਮ ਜਹਾਨ ਯਾਰਾ,
जेडे काम जगराज तूफान कर गया और किसी तो होने नहीं जहान जा रहा जगराज तूफान कर गया। एक बारी खेड कबड्डी के ना तो दर्शक भी जोर कर ताली मार दे। भाजी नरिंदर सिंह जी जिथे मेरी आवाज सुन रहे मैदान के आए प्रबंधक वीर नरिंदर सिंह जी जोरदार तालियां मार दो। एक पासे गुरदित टारजन की टीम है फरंदीपुर के गोपी जेड़ा जेड़ा जानता ताली मार दो। जिन्हें तूफान डके है रुकमन चोला साहब के नाल टक्कर प्रसिद्ध रही है। गोपी में अपनी कलम तो लिखा है छोटी उम्र नाम लिखा गया जो कुछ सटा इश्तहार के ध्यान नजारा हूं लिखा नहीं जाना इश्तहार के सुखमन गुगू गुल गिल कहते गोपी फरंदी कुड़िए तरन तरन के शो मैचा का योगराज मनिया गया है। योगराज से फरंदी कुड़िए गोपी ने अंतम अरदास पहुंच के हंजू भी केरे पर जेड़े चले जाते हैं वो कदे मुड़के नहीं आते कि पिपल दिया पत्ते आवे उत्ते टाना जुड़ते ने रुसे तो मुड़े आते मोए कद मुड़ते ने। इधर भाजी सिकंदर सिंह जी जेड़े प्रधान ने क्लब ने सिकंदर सिंह जी तुहानू लख लख मुबारकबाद है क्योंकि जगराज सिंह तूफान कोई छोटा नाम नहीं इंग्लैंड की धरती से कसूरमा होया जिन्हों रॉबिन हुड कहा गया घर घर के रॉबिन हुड की तस्वीर लगी है। जगराज सिंह तूफान धिया भैन दिया इज्जतों का राखा हिंदू सिख एकता का हामी पंजाब की धरती का रॉबिन हुड मनिया गया जे इस धरती से पैदा होके उन्हें दुनिया को दसिया कि सूरमे की होंगे है जिन्हें शेक्सपियर ने लिखा है कि क्राउड डाई मैनी टाइम बिफोर देयर डेथ वेलियंट नेवर फेस दी डेथ बट वंस। वो कहता कि डरपोक आदमी जिंदगी दे विच बार बार मर रहा है सूरमा जिंदगी च सिर्फ एक बार मरता है एक बार मर के भी सदा ही अमर हो जाता है। सूरा सो जो पहचानिए जो लड़े दीन के हेत जिमें भगत कबीर जी ने लिखा कि सूरा सो पहचानिए जो लड़े दीन के हेत। खेड कबड्डी जिन्हें पंजाब के इतिहास के जन्म लिया खेड कबड्डी जिन्हें पंजाब के विरसे चो जन्म लिया खेड कबड्डी जिन्हें पंजाबियों के अथरे सुभा चो जन्म लिया खेड कबड्डी जिन्हें माझे की धरती से जन्म लिया 19वीं सदी के सौंकी पक्की कहते इतिहासकार गंडा सिंह कहता है कि दुनिया का महान जरनैल हरी सिंह नलवा चढ़ी जवानी के सौंकी पक्की का खिलाड़ी सी यानी कि हरी सिंह नलवा खेड कबड्डी का खिलाड़ी सी। इस जरनैल की बाबत पंजाबी का शायर कहता है इस पंजाब ने नलवे को जन्म दिता वांग अग दे हरी सिंह भंकदा सी तुर गया सूरा जदों जहान उत्तों इशारा कीली ते टंगिया लंकदा सी मरे हुए सूरमे की लाश कोलो जरा खैबर भी पूरा धमकदा सी जहान यारा काबल कंधार फिकर सिख राज का सूरज चमकदा सी। आ नौजवान का पिंड पदरी है जिथों के भजी पदरी का नाम कबड्डी के इतिहास के लिखा गया जिथों के भुट्टो पदरी ने वर्ल्ड कप के कबड्डियां पाई है यह सुंदर पदरी वाला उधर हैप्पी का खखा पिंड है
गोइंदवाल साहब दे लागे ठाकुर परिवार का पुत है जिन्हें जफा लाया कर दिता कट्ठा के तब कट्ठा रेड को फिर मुड़के आवे ना मार सोनिया कैकी रेड सुका जावे ना जिन्होंने आनंदपुर साहब का होले महले का कबड्डी कप तकिया इस नौजवान जरूर जानते हो गए फाइनल मैच के 11 कबड्डिया पा के 10 नंबर इस नौजवान ने हासिल किए है। यह सिमरन कंग कले पिंड वाला यह कंग कले वाले सिमरन की कबड्डी है मोहरे हर चंद लाखने वाला पेंडा नंग यह माझे मझेला ने नादर शाह वर्गे जकरिया खान वर्गे भी सोके नहीं जान दते सामने नौजवान की पेंदी सरेर सरदार गबरू अगे पद के कबड्डी पाँगा एरा दया सारंगरे बड़ा दया अगली कबड्डी पाँगा लोगों के चगाव की धरती इस धरती के प्रीत नगर से बैठ के शिव कुमार बटालवी ने लिखिया कि माए नी माए मैं शिकरा जार बनाया एक अडारी उस ऐसी मारी मुड़ नजर ही नहीं आया काका ढोटिया वाला नहीं जफा ला सकिया सामने मनु तेजा सिंह वाले की धरती का चंडे गड़ाफिया के बाग नहीं चलते सोनी मोरे कदे हथियार नहीं चलते कई मैच होंगे सोनू फतो वाली चेहरे बच्चे सुपर स्टार नहीं चलते सलाह कर लो कले नू कले ने पैना सलाह कर लिया करो पॉइंट रेडर के खाते दे सामने यह जोवन जोड़ा सामने मूल स्प्रे जी है मैदान अपर की की जाए यह जोवन चोला साहब वाला धरती है जो धरती के गुरु अर्जन देव जी ने पैर पा के भैनी चोला साहब बनाया ये धरती के साहब श्री गुरु ग्रंथ साहब जी महाराज की सब तो वह बाणी लिखी गई है विद्वान लोगों को पता है वो चोला साहब की धरती है यह जोवन के सामने नौजवान अंग्रेज और पॉइंट खाते चौहान साहब तो साढ़े दरम्यान है सरदार लाजवंत सिंह लाठी प्रधान किसान विंग जो सोचे तौर पर पुजे उन्हों का बहुत बहुत धन्यवाद सरदार लाजवंत सिंह जी लाठी मचरावा साड़ी जिंदगी के परम प्यारे मित्र ने लाजवंत सिंह जी लाठी मचरावा वाले उधर फरंदीपुरिया जिन्हों कबड्डी का हिमालय पर्वत कहते हैं हिमालय पर्वत को टपना कोई सौखा नहीं पानी जंग चेतन से बराबर होंगे वो भी बाबे सदवाले की धरती से मथा टेक के आया कि अज गोपी फरंदीपुरिये तो नंबर लेने हैं सामने मनदीप सुर सिंह वाले की धरती का सुर सिंह पिंड सी जिले लाहौर का जितों का सी बिरी चंद मुगलों के दौर का उही सुर सिंह जी ने बिरी चंद जन्म दिता है उही सुर सिंह जी ने नथे बदले जन्म दिता है उही सुर सिंह जिन्हें चस्सा सिंह राम कड़िए जन्म दिता है पर हैप्पी खखा वाला कई मसले होंगे खेल कबड्डी के पॉइंट रेटर का होया पर उधर नौजवान ने बाह खड़ी की है यह अजय अजय पॉइंट रेटर के खाते अजय कालमा वाले के खाते तैयार सारे जड़े वाला अगली रेट पाँगा प्रबंध का एक बेनती है कि प्लेयर के पैसे तुम्हें फड़ोगे प्रबंधकी कमेटी दस दौ कि बनवाया पिंडा जरा कीमा खुदी का दसना पैना क्योंकि कई बार पिंड पत्थर लानी पैदी है चौड़े मतलब जो खेलता है पिंडिया तेरे वास्ते तेरे चाचिया ने तेरे ताया ने तेरे सारे भरावान ने 500 रुपया दिता है बाह खड़ी कर हूं लोगों को दसना ही पैना कि तेरा पिंड जरा कीमा खुदी है हूं ग्राउंडा के कहने पैना कि भाई जगराज सिंह तूफान के पिंड का नौजवान है सामने सिमरन यह सिमरन कंग कले का पॉइंट रेडर के खाते सामने
ਜੋਬਨ ਜੋਲਾ ਸਾਹਿਬ ਦੀ ਧਰਤੀ ਦਾ ਖਿਡਾਰੀ ਜਿੱਥੋਂ ਦੇ ਸੁਖਮੰਦੀਆਂ ਜਾਤਾ ਰਹਿ ਰਹੀਆਂ, ਜਿੱਥੋਂ ਦਾ ਅਸ਼ ਪੰਜਾਬ ਦੀ ਧਰਤੀ ਦੇ ਰੇਡਰਾਂ ਦੇ ਚਲਾਨ ਕੱਟ ਕੇ ਹੁਣ ਆਸਟ੍ਰੇਲੀਆ ਦੀ ਧਰਤੀ ਤੇ ਰੇਡਰਾਂ ਦੇ ਚਲਾਨ ਕੱਟਦਾ, ਦੂਜੀਆਂ ਦੋਨੇ ਟੀਮਾਂ ਵੀ ਮੈਦਾਨ ਦੇ ਵਿੱਚ ਆ ਜਾਣ, ਦੂਜੀਆਂ ਦੋਨੇ ਟੀਮਾਂ ਵੀ ਨਕੋਦਰ ਤੇ ਭਗਵਾਨਪੁਰ ਦੀਆਂ ਟੀਮਾਂ ਉਹ ਵੀ ਮੈਦਾਨ ਦੇ ਵਿੱਚ ਆ ਜਾਣ। ਸਾਹਮਣੇ ਅੰਗਰੇਜ਼ ਗਾਜੀ ਚੱਕ ਵਾਲਾ ਜੱਫਾ ਲਾਉਂਦਾ ਹੋਇਆ, ਖੇਡ ਕਬੱਡੀ ਦੀ ਗੱਲ ਕਿ ਖੇਡ ਨਹੀਂ ਉਹ ਹੁੰਦਾ ਖਿਡਾਰੀ ਬਣ ਕੇ, ਜੇ ਮਨ ਵਿੱਚ ਖੇਡਣੇ ਦਾ ਚਾਹ ਹੋਵੇ ਨਾ ਸ਼ੌਕ ਬਿਨਾਂ ਕਦੇ ਨਹੀਂ ਉਹ ਜੱਫਾ ਲੱਗਦਾ, ਸ਼ੌਕ ਬਿਨਾਂ ਕਦੇ ਰੇਡ ਪਾਸ ਹੋਵੇ ਨਾ। ਸਾਹਮਣੇ ਮਨੂ ਤੇਜਾ ਸਿੰਘ ਵਾਲੇ ਦੀ ਧਰਤੀ ਦਾ ਫਰੌਂਦੀ ਬੁੜੀਆ ਨੌਜਵਾਨਾਂ, ਦੁਨੀਆ ਜੋ ਦੇਖਣਾ ਚਾਹੁੰਦੀ ਹੈ ਉਹ ਅੱਜ ਆਪਾਂ ਦਿਖਾ ਕੇ ਜਾਣਾ, ਕਿਉਂਕਿ ਸੂਰਮੇ ਦੀ ਧਰਤੀ ਹੈ। ਇਹ ਸੂਰਮਿਆਂ ਸਰਦਾਰਾਂ ਦੇ ਲੋਕ ਗੁਣ ਸਦਾ ਹੀ ਗਾਉਂਦੇ, ਸੂਰਮਿਆਂ ਸਰਦਾਰਾਂ ਦੇ ਲੋਕ ਗੁਣ ਸਦਾ ਹੀ ਗਾਉਂਦੇ। ਇਹ ਮੋਬਾਈਲਾਂ ਦੇ ਤੇ ਚੈਟਿੰਗ ਕਰਨ ਵਾਲਿਆਂ ਦੇ ਥੋੜੇ ਲੋਕਾਂ ਨੇ ਗੁਣ ਗਾਉਣੇ ਹੈ, ਵਟਸਐਪ ਦੇ ਉੱਤੇ ਮੈਸੇਜ ਕਰਕੇ ਸਮਾਂ ਗੁਜ਼ਾਰਨੇ ਵਾਲਿਆਂ ਦੇ ਲੋਕਾਂ ਨੇ ਥੋੜੇ ਗੁਣ ਗਾਉਣੇ ਹੈ, ਚਿੱਟਾ ਪੀਣ ਵਾਲਿਆਂ ਦੇ ਲੋਕਾਂ ਨੇ ਥੋੜੇ ਗੁਣ ਗਾਉਣੇ ਹੈ। ਸਾਹਮਣੇ ਮਨਦੀਪ ਸੁਰ ਸਿੰਘ ਦੀ ਧਰਤੀ ਦਾ, ਉੱਧਰ ਇਹ ਆ ਕਾਕਾ ਢੋਟੀਆਂ ਵਾਲਾ ਆਰਜਨ ਪਹਿਲਵਾਨ ਰੈਸਟੋਰੇਸ਼ਨ ਦਾ ਪੇਂਡੂ, ਇਹ ਆ ਕਾਕਾ ਢੋਟੀਆਂ ਵਾਲਾ ਜਾਫੀ ਦੇ ਖਾਤੇ ਚ ਪਿੰਡਾ ਆ ਗਿਆ ਕੀਮਾ ਫੁੱਡੀ ਦੀ ਧਰਤੀ ਦਾ, ਤਾਲੀ ਮਾਰ ਦਿਓ ਕੀਮਾ ਖੁੱਡੀ ਵਾਲੇ। ਇਹ ਆ ਪਿੰਡਾ, ਮੈਨੂੰ ਨੀ ਸੀ ਪਤਾ ਚੀਮਾ ਖੁੱਡੀ ਦਾ, ਅੱਜ ਪਤਾ ਲੱਗਾ ਕਿ ਚੀਮਾ ਖੁੱਡੀ ਹੈ। 70 ਕਿਲੋਗ੍ਰਾਮ ਵਰਗ ਦੇ ਵਿੱਚ ਇਸ ਨੌਜਵਾਨ ਦਾ ਨਾਮ ਚੱਲਦਾ ਇਹ ਪਿੰਡਾ ਚੀਮਾ ਖੁੱਡੀ ਆ। ਉੱਧਰ ਫਰੰਦੀ ਬੁੜਿਆ ਕਹਿੰਦਾ ਕਿ ਪਹਿਲਾਂ ਲੈ ਗਿਆ ਪਰ ਸੋਨੀ ਲੰਗਰ ਦੇ, ਸੋਨੀ ਲੰਗਰ ਦੇ ਚੀਮਾ ਖੁੱਡੀ ਵਾਲੇ ਹਿਮਾਲਾ ਪਰਬਤ ਟੱਪਿਆ, ਕੋਈ ਛੋਟਾ ਮੋਟਾ ਪਹਾੜ ਨਹੀਂ ਟੱਪਿਆ, ਹਿਮਾਲਿਆ ਪਰਬਤ ਟੱਪਿਆ। ਸੰਦੀਪ ਬੁਰੀਏ ਗੋਪੀ ਨੂੰ ਹੱਥ ਲਾਇਆ, ਘੁੰਡਾਂ ਦੇ ਖੱਖਰ ਦੇ ਵਿੱਚ ਹੱਥ ਲਾ ਕੇ ਇਸ ਨੌਜਵਾਨ ਨੇ ਪੁਆਇੰਟ ਲਿਆ। ਸਰਦਾਰ ਸਿਕੰਦਰ ਸਿੰਘ ਜੀ ਕੀਮਾ ਖੁੱਡੀ ਵਾਲੇ ਪ੍ਰਧਾਨ ਸਾਹਿਬ, ਉਹਨਾਂ ਵੱਲੋਂ ਭਿੰਡਿਆ ਨੌਜਵਾਨਾਂ ਅੱਧੀ ਬੜੀ ਫੀਡ ਦੀ ਦੇ ਪੈਸੇ ਆ ਗਏ ਤੇਰੇ ਲਈ। ਸਾਹਮਣੇ ਨੌਜਵਾਨ ਅੱਗੇ ਨੂੰ ਵਧਿਆ, ਉੱਧਰ ਅੰਗਰੇਜ਼ਾ ਬਾਜੀ ਚੱਕ ਵਾਲਾ ਕਾਇਆ ਸਾਲਗੜੇ ਵਾਲਾ ਪੁਆਇੰਟ ਲੈ ਗਿਆ ਕਿ ਉਹੀ ਜਿੱਤ ਦੇ ਬਾਜੀ ਵਿੱਚ ਦੁਨੀਆ, 100 ਰੁਪਇਆ ਭਿੰਡੇ ਦਾ ਸਿਰ ਕਿ ਉਹੀ ਜਿੱਤ ਦੇ ਬਾਜੀ ਵਿੱਚ ਦੁਨੀਆ, ਜਿਹੜੇ ਜਿੱਤਾਂ ਲਈ ਬਾਜ਼ੀਆਂ ਹਾਰਦੇ ਨੇ ਖਾਲਸਾ ਗੁਰੂ ਦੇ ਲਾਲ ਤੈਨੂੰ ਬਾਜਾਂ ਵਿੱਚ ਸਰਹੰਦ ਦੇ ਮਾਰਦੇ ਨੇ। ਅਜੇ ਕਾਲਮਾ ਵਾਲਾ ਅਗਲੀ ਰੇਟ ਪਾਉਂਦਾ ਲੱਖਣਾ ਵਾਲਿਆ, ਲੱਖਣਾ ਵਾਲਿਆ। ਸਾਹਮਣੇ ਕਿੰਦਰ ਕਹਿੰਦਾ ਸਾਂਝਿਆਂ ਵਾਲਾ ਕਿ ਨੰਬਰ ਮੈਂ ਲੈਣਾ, ਇੱਕ ਕਹਿੰਦਾ ਨੰਬਰ ਲੈਣਾ, ਦੂਜਾ ਕਹਿੰਦਾ ਜਾਣ ਨਹੀਂ ਦੇਣਾ। ਪਲੋ ਪਲੀ ਵਿੱਚ ਹੋ ਗਏ ਦੇਖੋ ਜੋਰ ਜਵਾਬੀਆਂ ਦੇ, ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਸਾਹਮਣੇ ਜੋਬਨ ਦੀ ਕਬੱਡੀ ਹੈ, ਕਦੀ ਡੀਏਵੀ ਕਾਲਜ ਵੱਲੋਂ ਖੇਡਿਆ, ਕਦੀ ਚੜ੍ਹਦੀ ਕਲਾ ਵੱਲੋਂ ਖੇਡਦਾ, ਤੇ ਅੱਜ ਫਰੰਦੀਪੁਰ ਦੀ ਟੀਮ ਵੱਲੋਂ। ਇਹ ਆ ਜੋਬਨ, ਜੋਬਨ ਦੇ ਜੇ ਐਕਸ਼ਨ ਸਹੀ ਲੱਗਦੇ ਤੇ ਤਾਲੀ ਮਾਰ ਦਿਓ, ਜੋਬਨ ਦੇ ਜੇ ਐਕਸ਼ਨ ਸਹੀ ਲੱਗਦੇ ਆ ਤਾਲੀ ਮਾਰ ਦਿਓ। ਨੌਜਵਾਨ ਸਿਮਰਨ, ਫੇਸਬੁੱਕ ਤੇ ਨਾ ਚੋਟ ਚੱਲਦਾ ਤੇ ਨਾਮ ਯੂਟਿਊਬ ਤੇ ਵੀ ਚੱਲੇ, ਕਹਿੰਦੇ ਸਿਮਰਨ ਸਟਾਰ ਬਣ ਗਿਆ, ਕੱਲ ਛਿੜ ਪਈਆ ਕੰਗ ਕੱਲੇ, ਕੱਲ ਛਿੜ ਪਈਆ ਕੰਗ ਕੱਲੇ। ਸੁਰਿੰਦਰ ਸਿੰਘ ਜੀ ਰਾਜੂ ਬੇਲੇ ਵਾਲੇ, ਸੋ ਸਤਵਿੰਦਰ ਸਿੰਘ ਜੀ ਰਾਜੂ ਬੇਲੇ ਵਾਲੇ ਕਿੰਨੇ ਵਾਸਤੇ ਬਹੁਤ ਸਾਰਾ ਮਾਣ ਦੇ ਕੇ ਗਏ ਆ ਕੀਮਾ ਖੁੱਡੀ ਵਾਲੇ ਕਹਿੰਦੇ ਵਾਸਤੇ। ਸਾਹਮਣੇ ਮਨਦੀਪ ਸੁਰ ਸਿੰਘ ਦੀ ਧਰਤੀ ਦਾ, ਸੁਰ ਸਿੰਘ ਪਿੰਡ ਭਲਵਾਨਾ ਦਾ, ਰਿਸ਼ੀ ਮੁਨੀ ਅਵਤਾਰਾਂ ਦਾ, ਨਿਹੰਗ ਸਿੰਘ ਸਰਦਾਰਾਂ ਦਾ, ਕਿਰਤੀ ਅਤੇ ਕਿਸਾਨਾਂ ਦਾ, ਤੇ ਸਾਹਮਣੇ ਕਾਕਾ ਢੋਟੀਆਂ ਵਾਲਾ ਕਹਿੰਦਾ ਕਿ ਢੋਟੀਆਂ ਪਿੰਡ ਵੀ ਭਲਵਾਨਾ ਦਾ, ਭਲਵਾਨਾ ਦੇ ਪਿੰਡ ਦੇ ਮੁੰਡੇ ਨੂੰ ਭਲਵਾਨਾ ਦੇ ਪਿੰਡ ਦੇ ਮੁੰਡੇ ਨੇ ਫੜਿਆ। ਜਾਫੀ ਦੇ ਖਾਤੇ ਦੇ ਵਿੱਚ
क्योंकि गुरु नानक महाराज जी ने जोर की गल की है कि जोर ना सुरती ज्ञान विचार, जोर ना जुगती छुटे संसार। क्योंकि सिख शहीद की जात मेला लगे ये आप कमेंटरी भी सिखी की रोशनी के करनी है। उधर मनदीप पॉइंट खाते जुड़ गया दया सारिंगड़े वाला दया अंबरसरिया के अंबरसरिया मुड़िया में कच्चिया कलिया ना तोड़ अंबरसरे के पापड़ दे मैं सना शनक मेरी गुप्तरे हाथ नहीं तेरे कटिया ते होर कोई कटे जी ना सखा वाला पंजाब लाइव चलता है दुनिया जफा देखना चाहती है उधर जफा उधर जफा जफा जफे से जफा बजे जो मैं मैदान च आया जफे से जफा बजे जो मैं मैदान च आया चौड़िया वाला आ गया पर पिंड चीमा फुटी है किंदिया हर रेल चो कोई ना कोई सौ दो सौ निकल आता है सौ दो सौ निकल आता है चाचे ताए अच नोटा के नाल जेबा भर के आया पर कहता कबड्डी कड़ा खेलनी सौखी है ये सौखी नहीं कबड्डी मित्रो पेंदे सप की सीढ़ी चो नोट चकले सौखी नहीं कबड्डी मित्रो सामने जोवन अगलिया टीम प्रधानपुर कोदर मैदान के आनगिया ये जोबन की कबड्डी है चौदह साहब वालों की रेड पी थापी मार के पी तुरनी बाकी तो पेंदे ने चाची जी सौ रुपया साडा भतीजा खेड़ है साडा भतीजा खेड़ है चाचिया मावा होंगे ताइया मावा होंगे और रिश्ते मनण के होंगे मेरे मेरे रिश्ते मनण के होंगे चाची को चा चढ़िया तो उन्हें भतीजे सौ का नोट कढ के दिता सुख दुखी पिंदे वास्ते सौ रुपया पिंदा नौजवाना तेरे से बाई साइकिल हीरो का साइकिल ला ला भावे पैसे हो गए इन्हें हरपाल सिंह जी पाल हरपाल सिंह जी पाल सामने मनदीप है सुख सिंह की धरती का जितों के ताबे ने कबड्डी के नाम कटे सखा वालिया सामने अंग्रेज गाजी चक वाला अंग्रेज या अंग्रेज कर दिता कठा क्या जफा भी लाऊ रात को खाबों में भी आऊ चंगा जाफी जफा भी लाऊंगा रात को सुपने बिच भी आता राणा बंज दुनिया का महान जाफी कई रेटा के सुपन आ क्योंकि तरीका होंदा माड़ा कोई भी नहीं होंदा बंधेरा वाले विकर हर बंदा तगड़ा होंदा जिवें राणे बंज ने कहा कि बलविंदर फिटा मेरे तो भी तगड़ा सी मैं उन जफा लाया जिसका मेरा दुनिया से ना आया रेट के खाते सामने ताया सारंगड़े वाला फिर से सरदारी कैम है कि लथ का लथ जाए सिख की कैम रहे सरदारी मैनू सिख प्यारा नहीं सिख तो पहला रथ प्यारी कबड्डी का टारजन कबड्डी का टारजन हने हने ठीक होया नौजवान फिर नौजवान ने जफे ला के दस दिता है कि अजे तो यार मकान बिले कुछ भी हो सकता अजे तो तीर कमान बिच है कुछ भी हो सकता है सामने मनू तेजा सिंह बाले की धरती का मजे का मजाल अज चीमा फूटी अज जिले गुरदासपुर के अज श्री हरिमंदपुर साहब एरिए जितना वाली आया नौजवान उधर हरचंद लाखना वाले ने थापी मार दिखती है थापी बाजी जाती है पर मान नहीं करना जोर से जवानी से कोई मान ना करे सुनते ने बगाने पुत परे तो परे तुम कबड्डी देखना है तारियां मार दो बड़ी मार दो तारियां मारियां तारियां साढ़े छोटे छोटे बच्चे साड़िया मावा साड़िया भैन साड़िया बच्चिया सिकंदर सिंह जी जिन्होंने अपने बच्चों दसना कि बच्चों दस्यो पंजाब कहू कहते दस्यो के खालसा सजाया कि गुरु ने जुलम के नाल मथा लाया कि गुरु ने
ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸੇ ਪੰਜਾਬ ਕਿਹਨੂੰ ਕਹਿੰਦੇ ਨੇ। ਸਾਹਮਣੇ ਜੋਬੰਦੀ ਕਬੱਡੀ ਹੈ, ਢੋਟੀਆਂ ਵਾਲਾ ਢੋਟੀਆਂ ਵਾਲਾ ਨੌਜਵਾਨਾਂ ਦੇਖ ਲੈ, ਗਿੱਟਾ ਨਾਪ ਲੈ ਜਾਂ ਫਿਰ ਖੁੱਜ ਨਾਪ ਲੈ, ਉੱਧਰ ਹੈਪੀ ਹੈ, ਡਬਲ ਟੱਚ ਹੋ ਗਿਆ ਕਿ ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ। ਜੇ ਮਨ ਵਿੱਚ ਖੇਡਣੇ ਨਾ ਚਾਹ ਹੋਵੇ ਨਾ ਭਿੰਦਿਆ ਭਿੰਦਿਆ, ਜੇਬਾਂ ਨੂੰ ਹੱਥ ਫੇਰ ਪੈ ਗਏ, ਜੇਬਾਂ ਨੂੰ ਹੱਥ ਫੇਰ ਪੈ ਗਏ ਹੈ। ਕੀਮਾ ਖੁਦੀ ਵਾਲਾ, ਕੀਮਾ ਖੁਦੀ ਵਾਲਾ ਭਿੰਦਿਆ, ਚਾਚੀ ਜੀ ਵੱਲੋਂ ਵੀ ਆਏ ਸੀ ਤੇ ਚਾਚਾ ਜੀ ਵੱਲੋਂ ਵੀ ਆ ਗਏ, ਸਰਦਾਰ ਸਾਹਿਬ ਅਜੈ ਸਿੰਘ ਜੀ ਪੈਸੇ ਫੜ ਲਓ, ਕਹਿੰਦਾ ਚਾਚੀ ਚਾਚੇ ਦੇ ਪੈਸਿਆਂ ਦਾ ਪੂਰਾ ਮੁੱਲ ਮੋੜਨਾ, ਸਰਦਾਰ ਜੀ ਪੈਸੇ ਫੜ ਲਓ, ਕਿਉਂਕਿ ਸਾਡਾ ਵੀ ਦਿਲ ਬੇਈਮਾਨ ਹੋ ਸਕਦਾ ਹੈ। ਇਸ ਲਈ ਇੰਦਰਜੀਤ ਸਿੰਘ ਜੀ, ਭਾਈ ਇੰਦਰਜੀਤ ਸਿੰਘ ਜੀ ਫੇਸਬੁੱਕ ਤੇ ਦਰਸ਼ਨ ਕਰਦੇ ਹੈ, ਸੋ ਨਿਊਜ਼ੀਲੈਂਡ ਹਰ ਸਾਲ ਜਾਈਦਾ। ਜਗਰਾਜ ਸਿੰਘ ਸਰਪੰਚ ਭੇਜੇ ਨੂੰ ਚਾਚਾ ਜੀ ਫੜਾਈ ਉੱਧਰ ਜਾਓ, ਉੱਥੇ ਸਿਰਫ ਅਨਾਊਂਸਮੈਂਟ ਕਰਾਓ, ਕਿਉਂਕਿ 84 ਦਾ ਗੇੜ ਹੈ, ਇਹ ਮਾਇਆ ਦੇ ਸਾਰਾ ਦੇ ਡੇਰੇ ਚ ਚੱਲ ਜਾਏ, ਉੱਥੇ ਪੁਆੜੇ ਪਾ ਦਿੰਦੀ ਹੈ, ਇਹ 84 ਦਾ ਗੇੜ ਹੈ, ਇਹਨੇ ਤੇ ਸਾਰਾ ਦੇ ਡੇਰਿਆਂ ਨੂੰ ਸਾਧਾਂ ਦੇ ਨਹੀਂ ਰਹਿਣ ਦਿੱਤਾ ਹੈ। ਸੋ ਭਾਈ ਇੰਦਰਜੀਤ ਸਿੰਘ ਜੀ ਦਾ ਵੀ ਧੰਨਵਾਦ ਕਰਾਂਗੇ। ਨਿਊਜ਼ੀਲੈਂਡ ਜਦੋਂ ਜਾਈਦਾ ਉਦੋਂ ਵੀ ਭਾਈ ਜਗਰਾਜ ਸਿੰਘ ਤੂਫਾਨ ਦਾ ਜ਼ਿਕਰ ਸੰਗਤਾਂ ਬੜੇ ਪਿਆਰ ਦੇ ਨਾਲ ਸਰਵਣ ਕਰਦੀ ਹੈ। ਸੋ ਫਤਿਹਾਬਾਦ ਦੇ ਪੁਆਇੰਟ ਨੇ 17 ਤੇ ਫਰੰਦੀਪੁਰ ਦੇ 13 ਪੁਆਇੰਟ, ਭਾਈ ਦਲਜੀਤ ਸਿੰਘ ਜੀ ਸੁਪਰੀਮ ਸਿੱਖ ਸੈਨੀ ਨਿਊਜ਼ੀਲੈਂਡ, ਜਦੋਂ ਵੀ ਉਹ ਕਬੱਡੀ ਦਾ ਟੂਰਨਾਮੈਂਟ ਉੱਥੇ ਹੁੰਦਾ, ਉੱਥੇ ਵੀ ਭਾਈ ਜਗਰਾਜ ਸਿੰਘ ਤੂਫਾਨ ਦਾ ਜ਼ਿਕਰ ਹੁੰਦਾ ਹੈ। ਉਹ ਦੂਜੀਆਂ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਆਉਣ, ਭਗਵਾਨਪੁਰ ਦੇ ਨਕੋਦਰ, ਭਗਵਾਨਪੁਰ ਤੇ ਨਕੋਦਰ ਦੋਨੇ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਆਉਣਗੀਆਂ। ਅੱਜ ਕਾਕੀ ਲੋਕੋ ਲੋਕੋ ਕਾਲੀ ਲੋਕੋਗੇ ਵਾਲੇ ਨੂੰ ਨਾਨਕਸਰ ਕਲੱਬ ਗੁਰਦਾਸਪੁਰ ਵੱਲੋਂ ਮੋਟਰਸਾਈਕਲ ਦਿੱਤਾ ਜਾਣਾ, ਚੌੜੇ ਮੁੱਦੇ ਵਾਲੇ ਚਸ਼ਮੇ ਤੇ ਬਾਂਟੀ ਨੇ ਸੂਚਨਾ ਦਿੱਤੀ ਹੈ। ਕਿਰਪਾ ਕਰਕੇ ਨਕੋਦਰ ਤੇ ਦੂਏ ਪਾਸੇ ਭਗਵਾਨਪੁਰ ਦੀ ਟੀਮ ਜਿਹੜੀ ਹੈ ਮੈਦਾਨ ਦੇ ਵਿੱਚ ਆਵੇ। ਸਾਹਮਣੇ ਇਹ ਨੌਜਵਾਨ ਸਿਮਰਨ ਕਾਂਗਰਸ ਕਮਰੇ ਵਾਲਾ ਸਿਮਰਨ ਰੇਡਾ ਪਾਉਂਦਾ ਕਿ ਖਿਡਾਰੀ ਖੇਡ ਕਬੱਡੀ ਦੇ ਪੂਰਾ ਰੰਗ ਦਿਖਾਉਂਦੇ ਨੇ। ਇਹ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਟਰੇਡਰ ਹੈ ਸਿਮਰਨ ਕਾਂਗਰਸ ਕੱਲੇ ਵਾਲਾ। ਉੱਧਰ ਗੋਪੀ ਫਰੰਦੀ ਬੁਆ, ਚੀਕਾ ਨਾ ਮਾਰੋ, ਚੀਕਾ ਨਾ ਮਾਰੋ, ਤਾੜੀਆਂ ਮਾਰੋ, ਤਾੜੀਆਂ ਮਾਰੋ, ਕਿਉਂਕਿ ਚੀਕ ਕਿਸੇ ਦੇ ਅਗੇਂਸਟ ਜਾਂਦੀ ਹੈ। ਭਿੰਦਿਆ ਨੌਜਵਾਨਾਂ, ਕੱਲ 10,000 ਦੇ ਨੇੜੇ ਤੇੜੇ ਹੋ ਜਾਣੀ ਹੈ। 500 ਰੁਪਈਆ ਤੇਰੇ ਭਰਾ ਜਰਮਨ ਤੋਂ ਫਿਰ ਇਹਨੇ ਭਿੰਦੇ ਦੇ ਭਰਾ ਨੇ ਵੀ ਮਾਣ ਕੀਤਾ। ਪਾਇਆ ਸਾਰੇ ਵਾਲਾ ਪਾਇਆ ਕੱਫਾ ਸੰਤੋਖ, ਗੁਰੂ ਨਾਨਕ ਮਹਾਰਾਜ ਜੀ ਦੀਆਂ ਗੱਲਾਂ ਪਾਲੇ ਪਾਇਆ ਸਾਰੇ ਵਾਲਾ। ਸਾਹਮਣੇ ਮੰਨੂ ਤੇਜਾ ਸਿੰਘ ਵਾਲੇ ਦੀ ਧਰਤੀ ਦਾ, ਉਧਰ ਸੁਰ ਸਿੰਘੀ ਤਰਸੇਮ ਮਾਲੇ ਦਾ ਬੈਰੀਕੇਡ ਲੱਗਾ ਕਿਤੇ ਮਾਂ ਦੀ ਗੱਲ, ਕਿ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਬਾਲਿਓ, ਸਾਡੀਆਂ ਖੁਰਾਕਾਂ ਕੰਮ ਆਉਣੀਆਂ। ਇਹ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੋਬੰਦੀ ਕਬੱਡੀ ਆ, ਚੋਲਾ ਸਾਹਿਬ ਵਾਲੇ ਜੋਬਨ ਲਈ ਤਾੜੀਆਂ ਮਾਰ ਦਿਓ, ਚੋਲਾ ਸਾਹਿਬ ਦਾ ਏ ਰੇਡਰ ਤਕੜਾ, ਇਹ ਪੰਜਾਬ ਦਾ ਏ, ਕਦੇ DAV ਕਾਲਜ ਵੱਲੋਂ ਖੇਡਦਾ ਏ, ਕਦੇ ਚੜ੍ਹਦੀ ਕਲਾ ਵੱਲੋਂ ਚੜ੍ਹਦੀ ਕਲਾ ਕਰਾਈ ਜਾਂਦਾ, ਕਹਿੰਦੇ ਜੋਬਨ ਸੁਖਮਨ ਦੇ ਪਿੱਛੇ ਪਿੱਛੇ ਚੱਲ ਕੇ ਸਟਾਰਾਂ ਵਿੱਚ ਨਾਮ ਲਿਖਵਾਈ ਜਾਂਦਾ। ਹਾਂਜੀ, ਸਤਵੰਤ ਸਿੰਘ ਜੀ ਕੋਟਲੀ, ਸਰਦਾਰ ਜਗਰਾਜ ਸਿੰਘ ਜੀ ਦੇ ਧਨੋਈਏ, ਬਹੁਤ ਸਾਰਾ ਮਾਣ ਭਿੰਦੇ ਵਾਸਤੇ। ਭਿੰਦਿਆ ਆਇਆ, ਭਿੰਦਿਆ ਪਿੰਡਾਂ ਚ ਲੋਕਾਂ ਦੀ ਖਿਆਲ ਬਣ ਗਿਆ, ਕੀਮਾ ਖੁਦੀ ਚ ਪਿੰਡਾਂ ਏਟੀਐਮ ਬਣ ਗਿਆ, ਪਾਲਾ ਫਿਰ ਏਟੀਐਮ ਚ ਕਾਰਡ ਤੇ ਕੱਢ ਲੈ 100-200 ਨੌਜਵਾਨਾਂ, ਕੱਢ ਲੈ 100-200, ਕੱਢ ਲੈ 100-200। ਮੰਨਣਾ ਰੈਫਰੀ ਸਾਹਿਬ ਦਾ, ਰੈਫਰੀ ਸਾਹਿਬ ਪੁਆਇੰਟ ਜਾਫੀ ਦਾ, ਪੁਆਇੰਟ ਜਾਫੀ ਦਾ ਕੋਈ ਗੱਲ ਨੀ। ਭਿੰਦਿਆ ਬੰਦੇ ਜੱਫਿਆਂ ਨੂੰ, ਜੱਫੇ ਬੰਦਿਆਂ ਨੂੰ ਲੱਗਦੇ ਆ ਕਿ ਰੇਟਰ ਟੱਚ ਲਾ ਕੇ ਭੱਜਦੇ ਆ, ਐਵੇਂ ਨਾ ਘਬਰਾ ਭਿੰਦਿਆ,
ਜਿੱਥੇ ਬੰਦਿਆਂ ਨੂੰ ਲੱਗਦੇ ਆ ਜਿਹਨੀ ਮੈਦਾਨ ਦੇ ਵਿੱਚ ਆਉਣਾ ਉਹਨਾਂ ਨੇ ਚੁੱਕਣਾ। ਜਿਹੜੇ ਰਜਾਈਆਂ ਚ ਫੜੇ ਲੈਂਦੇ ਆ ਵੀ ਪਾਗਲਿਆਂ ਨੂੰ ਜੱਫੇ ਲਾਉਣੇ ਆ ਉਹਨਾਂ ਦਾ ਨਾਸ ਉਹ ਕਿਸੇ ਨੇ ਲੈਣਾ। ਠਾਰੀ ਮਾਰ ਦੋ ਇਹ ਗੋਡੇ ਤਾਈ ਵਾਹੀ ਜਾਣਾ, ਬਾਹਾਂ ਨੂੰ ਫਲਾਈ ਜਾਣਾ, ਚਾਰ ਕੁ ਦਿਨ ਗਰਾਊਂਡ ਜਾ ਕੇ ਥੰਨੇ ਖਾ ਕਹਾਈ ਜਾਣਾ, ਮੋਟਰਸਾਈਕਲ ਰਹਿਣਾ ਵਿੱਚ ਗਲੀਆਂ ਦੇ ਫੇਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਦਾ ਇਹ ਫੈਸਲੇਟਰ ਹੈ। ਜਦੋਂ ਜਿਹੜੇ ਤਰਨ ਤਾਰਨ ਨੇ ਚੈਂਪੀਅਨਸ਼ਿਪ ਜਿੱਤੀ ਇਹ ਅਨੰਦਪੁਰ ਸਾਹਿਬ ਦਾ ਚੈਂਪੀਅਨ, ਅਨੰਦਪੁਰ ਸਾਹਿਬ ਦਾ ਚੈਂਪੀਅਨ ਹੋਣਾ ਕੋਈ ਮਾੜੀ ਮੋਟੀ ਗੱਲ ਨਹੀਂ। ਇਹ ਅਨੰਦਪੁਰ ਸਾਹਿਬ ਦੇ ਚੈਂਪੀਅਨ ਲਈ ਤਾੜੀ ਮਾਰ ਦਿਓ। ਅੱਜ ਚੀਮਾ ਫੁੱਟੀ ਵਾਲੇ ਵਧਾਈ ਦੇ ਪਾਤਰ ਦੇ ਵੱਡੇ ਮਨ ਆਏ ਹੈ ਕਿ ਚੀਮਾ ਫੁੱਟੀ ਦੇ ਕਬੱਡੀ ਕੱਪ ਤੇ ਦੁਨੀਆਂ ਦੇ ਵੱਡੇ ਮਨ ਆਉਣਗੇ। ਚੀਮਾ ਫੁੱਟੀ ਵਾਲੇ ਕਬੱਡੀ ਕੱਪ ਤੇ ਦੁਨੀਆਂ ਦੇ ਵੱਡ ਮਨ ਆਉਣਗੇ। ਗੁਰਦੇਵ ਕਿਸ਼ਨਗੜ੍ਹ ਵਾਲੇ ਨੇ ਟੱਕਣੇ ਚਲਾਨ ਹੈ, ਫੁਰੰਦੀ ਪੁਰੀਏ ਗੋਪੀ ਦੇ ਵੀ ਟੱਕਣੇ ਤੂਫਾਨ ਹੈ। ਅਰਹ ਚੰਦ ਲਾਠਣਾਂ ਦੇ ਵੜ ਕੇ ਵੱਡੇ ਵੱਡੇ ਰੇਡਰਾਂ ਨੂੰ ਧੋਣਗੇ। ਚੀਮਾ ਖੋਡੀ ਦੇ ਕਬੱਡੀ ਕੱਪ ਤੇ ਦੁਨੀਆਂ ਦੇ ਵੱਡੇ ਮਨ ਆਉਣਗੇ। ਸਾਹਮਣੇ ਮਨੂ ਦੀ ਧਰਤੀ ਦਾ ਖਾਂਦਿਆਂ ਵਾਲਿਆ, ਖਾਂਦਿਆਂ ਵਾਲਿਆ ਪਵਿੱਤਰ ਹਿਮਾਲਾ ਪਰਬਤ ਸਾਹਮਣੇ ਖੜ ਗਿਆ। ਹਿਮਾਲਾ ਪਰਬਤ, ਹਿਮਾਲਾ ਪਰਬਤ, ਹਿਮਾਲਾ ਪਰਬਤ, ਹਿਮਾਲਾ ਪਰਬਤ, ਹਿਮਾਲਿਆ ਪਰਬਤ ਟੱਪਣਾ ਸੌਖਾ ਨਹੀਂ। ਹਿਮਾਲਿਆ ਪਰਬਤ ਧਾਰੀ ਮਾਰ ਦੇ, ਧਾਰੀ ਮਾਰ ਦੇ। ਐਵੇਂ ਨੀ ਨਾਂ ਚੱਲਦਾ, ਇਹ ਮਿੱਤਰਾਂ ਦਾ ਨਾਂ ਚੱਲਦਾ, ਮਿੱਤਰਾਂ ਦਾ ਨਾਂ ਚੱਲਦਾ। ਵਰਿੰਦਰ ਸਿੰਘ ਜੀ ਚੀਮਾ ਸਾਹਿਬ ਮੇਲਾ ਸਫਲ ਹੋ ਗਿਆ, ਸਿਕੰਦਰ ਸਿੰਘ ਜੀ, ਜੈ ਸਿੰਘ ਜੀ ਮੇਲਾ ਸਫਲ ਹੋ ਗਿਆ। ਇਹ ਕਿਹਦੇ ਲਈ? ਇਹ ਸਾਰੇ ਭਿੰਡੇ ਨੂੰ ਦੇਣੇ ਅੱਜ ਮੈਨੂੰ ਲੱਗਦਾ। ਰਾਜੀਵ ਬੋਲੇ ਵਾਲੇ ਸਾਡੇ ਰਾਜੀਵ ਬੋਲੇ ਵਾਲੇ ਸਤਵਿੰਦਰ ਸਿੰਘ ਜੀ ਇਤਿਹਾਸ ਪੰਨਿਆਂ ਤੇ ਲਿਖਿਆ ਗਿਆ ਕਿ ਭਾਈ ਜਗਰਾਜ ਸਿੰਘ ਤੂਫਾਨ ਦੀਆਂ ਪੰਜ ਭੈਣਾਂ ਸੀ। ਜਦੋਂ ਜਗਰਾਜ ਸਿੰਘ ਤੂਫਾਨ ਉਸ ਦੁਨੀਆਂ ਤੋਂ ਸਰੀਰਕ ਤੌਰ ਤੇ ਗਿਆ, ਫਿਰ ਢਾਡੀਆਂ ਨੇ ਸਟੇਜਾਂ ਤੇ ਖੜ ਕੇ ਗਾਇਆ ਕਿ ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ, ਸਾਡੇ ਪਿੰਡਾਂ ਚ ਤਾਂ ਸੌਣ ਚ ਵੀ ਸੋਕਾ ਸੋਕਾ ਦੇ ਵੀਰਾ ਬਣ ਜਾ ਰਿਹਾ। ਕੀਮਾ ਖੁੱਡੀ ਵਿੱਚ ਪੀਣੀ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਤੇ ਸਾਹਮਣੇ ਕਿਉਂ ਜੇਪੀ ਸ਼ਾਹ ਤੇ ਗੋਰਾ ਸ਼ਾਹ 100 ਰੁਪਇਆ ਮੇਰੇ ਵਾਸਤੇ ਸਾਡੀ ਵੀ ਪਾਉਣੀ ਹੋ ਗਈ ਹੈ। ਜੇਪੀ ਸ਼ਾਹ ਤੇ ਗੋਰਾ ਸ਼ਾਹ ਦੀ ਧੰਦੇ ਵਾਸਤੇ ਪੂਰਨ ਸਿੰਘ ਜੀ, ਸਰਦਾਰ ਪੂਰਨ ਸਿੰਘ ਜੀ ਚਕੋਹਾ, ਭਾਈ ਜਗਰਾਜ ਸਿੰਘ ਤੂਫਾਨ ਦੇ ਭੋਈ, ਉਹਨਾਂ ਵੱਲੋਂ ਬਹੁਤ ਸਾਰਾ ਮਾਣ। ਬਿਲਕੁਲ ਸਰਪੰਚ ਭਾਜੀ, ਭਿੰਦਾ ਆ ਕਿ ਕਹਿੰਦਾ? ਮੈਨੂੰ ਤਾਂ ਲੱਗਦਾ ਭਿੰਦਾ ਆਪਾਂ ਨਾਂ ਬਦਲੀ ਜਾਂਦੇ ਹਾਂ। ਸੋ ਭਿੰਦਾ ਬਿੱਟੂ ਸਰਪੰਚ ਜੀ, ਉਹਨਾਂ ਵੱਲੋਂ ਵੀ 100 ਰੁਪਏ ਦਾ ਮਾਣ ਲੱਗ ਗਿਆ ਜੱਫਾ। ਇਹ ਰੇਡਾ ਜੱਫਿਆਂ ਦੀ ਗੱਲ, ਭਿੰਦਿਆ ਭਿੰਦਿਆ ਨੌਜਵਾਨਾਂ ਤਾਂ ਮੱਝ ਜੋਗੇ ਪੈਸੇ ਕਰ ਲੈਣੇ, ਅੱਜ ਮੱਝ ਜੋਗੇ ਪੈਸੇ ਕਰ ਲੈਣੇ ਆ ਤੇ ਪੈਸੇ ਬਣਦੇ ਵੀ ਆ। ਫੁਰੰਦੀ ਪੁਰੀਆ ਕਹਿੰਦਾ ਭਿੰਦਾ ਢੱਕਣਾ, ਅੱਜ ਭਿੰਦਾ ਢੱਕਣਾ, ਅੱਜ ਭਿੰਦਿਆ ਭਿੰਦਾ ਕਹਿੰਦਾ ਸਾਡਾ ਪਿੰਡ ਹੈ, ਸਾਡਾ ਪਿੰਡ ਹੈ ਸ਼ੇਰਾਂ ਦਾ। ਰਾਜੀਵ ਵੇਲੇ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ, ਭਿੰਦਿਆ 500 ਰੁਪਇਆ ਤੇ ਫਰੰਦੀਪੁਰੀਏ ਤੋਂ ਨੰਬਰ ਲੈਣਾ ਕਿਹੜਾ ਸੌਖਾ? ਫਰੰਦੀਪੁਰੀਏ ਤੋਂ ਨੰਬਰ ਲੈਣਾ ਕਿਹੜਾ ਸੌਖਾ? ਤੇਰੀ ਜ਼ਿੰਦਗੀ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਕਿ ਆਪਣੀ ਪਿੰਡ ਦੀ ਜੂਹ ਦੇ ਵਿੱਚ ਭਾਈ ਜਗਰਾਜ ਸਿੰਘ ਤੂਫਾਨ ਲਈ ਜਾ ਕੇ ਫਿਰ ਕਬੱਡੀ ਕੱਪ ਚ ਫਰੰਦੀਪੁਰੀਏ ਗੋਪੀ ਤੋਂ ਨੰਬਰ ਲਿਆ, ਦੁਨੀਆਂ ਦੇ ਮਹਾਨ ਜਾਫੀ ਤੋਂ ਨੰਬਰ ਲਿਆ। ਤਾੜੀ ਮਾਰ ਦਿਓ ਇਸ ਗੱਲ ਲਈ, ਤਾੜੀ ਮਾਰ ਦਿਓ। ਸਾਹਮਣੇ ਸਿਮਰਨ ਕੰਗ ਕੱਲੇ ਵਾਲਾ, ਇੱਧਰ ਅਜੈਬ ਸਿੰਘ ਜੀ ਨੋਟ ਹੀ ਨੋਟ,
ਸਾਰਿਆਂ ਵੱਲੋਂ ਭਾਈ ਜਗਰਾਜ ਸਿੰਘ ਪਠਾਨ ਸਪੋਰਟ ਸਟਾਫ ਵੱਲੋਂ ਭਿੰਦੇ ਵਾਸਤੇ ਭਿੰਦਿਆ ਮੈਂ ਅੱਜ ਕਿਹਾ ਤਾ ਕਿ ਮੱਝ ਜੋਗੇ ਨਾ ਹੋਏ ਤੇ ਗਾਂ ਜੋਗੇ ਤਾਂ ਪੱਕੇ ਆ ਸਾਹਮਣੇ ਆ ਨੌਜਵਾਨ ਕੇਂਦਰ ਸਾਂਧਿਆ ਵਾਲਾ ਪੈ ਗਿਆ ਉੱਤੇ ਕਿ ਖਾਣਾ ਜਾਫੀ ਜਿਹਨੂੰ ਤਕਨੀਕ ਹੈਗੀ ਕੁਝ ਪੱਟ ਕੇ ਪੱਟੀ ਪੈਰਦੀ ਜੀ ਕਈ ਜਾਫੀ ਚੁੱਪ ਰੱਖਦੇ ਜੱਫਾ ਲਾ ਕੇ ਉੱਤੇ ਬੈਂਦੀ ਜੀ ਦਾਸੀ ਕਲਮ ਨੇ ਲਿਖਿਆ ਸੀ ਕਿ ਖੁੱਚ ਪੱਟੀ ਤੇ ਬੜੀ ਔਖੀ ਲਾਉਣੀ ਇੱਕ ਵੱਡੀ ਵਿੱਚ ਢਾਕ ਮਿੱਤਰੋ ਸਾਫ ਮੇਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਇਹ ਗੱਲ ਪੂਰੀ ਦੁਨੀਆਂ ਦੇ ਵਿੱਚ ਮਕਬੂਲ ਹੋਏ ਜੈਰ ਸਿੰਘ ਜੀ ਤੁਸੀਂ ਤਾਂ 3-4 ਕਿਲੋਮੀਟਰ ਅੱਜ ਪੈੜਾ ਤੈਅ ਕਰ ਲੈਣਾ ਗੁਰਮੁਖ ਸਿੰਘ ਜੀ ਵੱਲੋਂ 200 ਰੁਪਇਆ ਸਾਡੇ ਕੁਲਦੀਪ ਸਿੰਘ ਜੀ ਬਾਰ ਬਾਰ ਭਿੰਦਿਆ ਸੁੱਖ ਦਾ ਸੁਨੇਹਾ ਲੈ ਕੇ ਆਉਂਦੇ ਆ ਭਿੰਦਿਆ ਰੁਪਇਆ 500 ਫੇਰ ਨਿਕਲ ਆਉਣਾ ਰੁਪਇਆ 500 ਫੇਰ ਨਿਕਲ ਆਉਣਾ ਚਾਚੀਆਂ ਤਾਈਆਂ ਵੀ ਅੱਜ ਤੇ ਪੈਸੇ ਦਿੰਦੀਆਂ ਚਾਚੀਆਂ ਤਾਈਆਂ ਵੀ ਅੱਜ ਤੇ ਪੈਸੇ ਦਿੰਦੀਆਂ ਇਹ ਰੂਹ ਨਾਲ ਪਾਲਿਆ ਪੁੱਤ ਇਹ ਪੁੱਤ ਹੱਟਾਂ ਤੇ ਨਹੀਂ ਵਿਕਦੇ ਤੂੰ ਲੱਭਦੀ ਫਿਰੇ ਬਾਜ਼ਾਰ ਕੋਲ ਸਿਕੰਦਰ ਸਿੰਘ ਜੀ ਮੇਲਾ ਸਫਲ ਹੋ ਗਿਆ ਕਿਉਂਕਿ ਪਿੰਡ ਦਾ ਮੁੰਡਾ ਜੋ ਤਗੜਾ ਖੇਡ ਰਿਹਾ ਉਧਰ ਦਇਆ ਦਇਆ ਨੂੰ ਅੰਗਰੇਜ਼ ਦਾ ਜੱਫਾ ਇਹ ਆ ਅੰਗਰੇਜ਼ ਕਿ ਚੜ ਕੇ ਸੂਰਮਿਆਂ ਨੇ ਉੱਤੇ ਫਾਂਸੀਆਂ ਦੇ ਲੜਾਈ ਅੰਗਰੇਜ਼ ਦੀ ਲੰਡਨ ਨੂੰ ਰੇਸ ਕਹਿੰਦੇ ਪੰਜਾਬ ਜਨ ਹੈ ਜਿਹਦੀ ਜਹਾਨ ਜਾਰਾ ਉਸ ਦੇਸ਼ ਨੂੰ ਭਾਰਤ ਦੇਸ਼ ਕਹਿੰਦੇ ਬਲਵੀਰ ਸਿੰਘ ਜੀ 1000 ਰੁਪਇਆ ਝੰਡੇ ਵਾਸਤੇ ਮਾਨ ਸਨਮਾਨ ਸਾਹਮਣੇ ਸਿਮਰਨ ਕੰਗ ਕਲੇ ਵਾਲਾ ਇਹਦੇ ਚਾਚੇ ਆ ਪੂਰੇ ਸਾਹਮਣੇ ਜਗਰਾਜ ਸਿੰਘ ਦੇ ਬੇਟੀ ਸਾਡੀ ਧੀ ਸਾਡੀ ਬੱਚੀ ਉਸ ਬੱਚੀ ਵੱਲੋਂ 500 ਰੁਪਇਆ ਮਾਨ ਭਿੰਦੇ ਵਾਸਤੇ ਨਿਊਜ਼ੀਲੈਂਡ ਦੀ ਧਰਤੀ ਤੇ ਜਦੋਂ ਬੀਤੀ ਗਏ ਤੇ ਵੱਡੇ ਮਾਨ ਸਨਮਾਨ ਉੱਥੋਂ ਦੀਆਂ ਸੰਗਤਾਂ ਨੇ ਦਿੱਤੇ ਕਿਉਂ ਦਿੱਤੇ ਕਿ ਜਗਰਾਜ ਸਿੰਘ ਤੁਫਾਨ ਇਸ ਬੇਟੀ ਨੇ ਆਪਣਾ ਪਾਪ ਪੰਥ ਦੀ ਖਾਤਰ ਗਵਾਇਆ ਕਿ ਪੁਆਇੰਟ ਰੇਟਰ ਦੇ ਖਾਤੇ ਦੇ ਭਿੰਦੇ ਦੇ ਤਾਈ ਜੀ ਮੈਂ ਤਾਂ ਕਿਹਾ ਚਾਚੀ ਜੀ ਆ ਗਏ ਤੇ ਤਾਈ ਜੀ ਕੱਲ੍ਹ ਪਿੱਛੇ ਰਹਿ ਗਏ ਹਾਂਜੀ ਮੈਂ ਮੁੱਕ ਚੱਲੇ ਕਿਉਂਕਿ ਮੇਰਾ ਵੀ ਰੰਗ ਹੈ ਮੈਂ ਵੀ ਨੱਚਣਾ ਹੁੰਦਾ ਤੇ ਟੱਪਣਾ ਹੁੰਦਾ ਚਾਚੀ ਜੀ ਦੇ ਪੈਸੇ ਦੇ ਗਏ ਤੇ ਤਾਈ ਨੇ ਕਾਹਨੂੰ ਪਿੱਛੇ ਰਹਿਣਾ ਸੀ ਉਹ ਵੀ 100 ਰੁਪਇਆ ਦੇ ਗਏ ਭਿੰਦੇ ਨੂੰ ਕੋਈ ਮਾਮੀ ਮਾਸੀ ਜੀ ਵੀ ਹੈ ਗਿਆ ਤੇ ਉਹ ਵੀ ਅੱਜ ਮਾਣ ਕਰਦੇ ਭਿੰਦੇ ਦਾ ਅੱਜ ਕਰੋ ਆਪਣੇ ਪੁੱਤ ਦਾ ਮਾਣ ਅਗਲੀਆਂ ਟੀਮਾਂ ਭਗਵਾਨਪੁਰ ਤੇ ਨਕੋਦਰ ਟੀਮਾਂ ਵਧਾਉਣ ਦੇ ਵਿੱਚ ਆਓ ਭਗਵਾਨਪੁਰ ਨਕੋਦਰ ਸਾਹਮਣੇ ਮਨਦੀਪ ਸੁਰ ਸਿੰਘ ਦੀ ਧਰਤੀ ਦਾ ਕਿ ਸੁਰ ਸਿੰਘ ਪਿੰਡ ਭਲਵਾਨਾਂ ਦਾ ਰਿਸ਼ੀ ਮੁਨੀ ਅਵਤਾਰਾਂ ਦਾ ਨਿਹੰਗ ਸਿੰਘ ਸਰਦਾਰਾਂ ਦਾ ਕਿਰਤੀ ਅਤੇ ਕਿਸਾਨਾਂ ਦਾ ਸੁਰ ਸਿੰਘ ਪਿੰਡ ਭਲਵਾਨਾਂ ਦਾ ਰੇਡਰ ਦੇ ਖਾਤੇ ਦੇ ਵਿੱਚ ਲਾਜਵੰਤ ਸਿੰਘ ਦੀ ਲਾਟੀ ਮਚਰਾਵਾਂ ਵਾਲੇ ਕਿੱਥੇ ਬੈਠੇ ਆ ਲਾਟੀ ਭਾਜੀ ਉਹਨਾਂ ਨੂੰ ਉੱਥੇ ਪਹੁੰਚਣ ਦੇ ਕੀ ਆਇਆ ਸਾਡੀ ਜ਼ਿੰਦਗੀ ਦੇ ਪਰਮ ਪਿਆਰੇ ਮਿੱਤਰ ਨੇ ਲਾਜਵੰਤ ਸਿੰਘ ਦੀ ਲਾਟੀ ਬਹੁਤ ਵੱਡਾ ਮਾਣ ਹਮੇਸ਼ਾ ਹੀ ਵੱਡਾ ਸਤਿਕਾਰ ਦਿੰਦੇ ਆ ਇਸ ਇਲਾਕੇ ਦੇ ਵਿੱਚ ਗ੍ਰਾਂਟਾਂ ਦੇ ਆਉਣ ਦੇ ਲਈ ਇਸ ਇਲਾਕੇ ਨੂੰ ਅੱਗੇ ਲਿਜਾਣ ਦੇ ਲਈ ਇਹ ਸ਼ਖਸੀਅਤ ਦਾ ਬਹੁਤ ਵੱਡਾ ਯੋਗਦਾਨ ਹੈ ਸ਼ਖਸੀਅਤ ਨੇ ਕੁਛ ਲੈਣਾ ਦੇਣਾ ਨਹੀਂ ਸਿਰਫ ਇੱਕ ਮਨ ਦੇ ਵਿੱਚ ਸੁਪਨਾ ਕਿ ਸਾਡੇ ਇਲਾਕੇ ਦੇ ਲੋਕ ਜਿਹੜੇ ਅੱਗੇ ਨੂੰ ਵਧਣ ਤੇ ਜਿਹੜੇ ਸਾਂਪਲਾ ਜੀ ਨੂੰ ਫੋਨ ਕਰ ਕਰਕੇ ਕਹਿੰਦੇ ਆ ਕਿ ਸਾਡੇ ਇਲਾਕੇ ਨੂੰ ਇੰਨੀ ਗ੍ਰਾਂਟ ਚਾਹੀਦੀ ਹੈ ਜਿਵੇਂ ਕੰਗ ਕੱਲੇ ਵਾਲਾ ਕਹਿੰਦਾ ਕਿ ਨੰਬਰ ਮੈਨੂੰ ਚਾਹੀਦਾ ਗੋਪੀ ਫੜਾਉਂਦੀ ਕੁੜੀਏ ਨੇ ਯਤਨ ਕੀਤਾ ਰੇਡਰ ਦੇ ਖਾਤੇ ਦੇ ਵਿੱਚ ਨਕੋਦਰ ਤੇ ਭਗਵਾਨਪੁਰ ਦੀਆਂ ਟੀਮਾਂ ਪਾਲਾ ਸੁਰ ਸਿੰਘਿਆ ਕਬੱਡੀ ਪਾਲਾ ਸੁਰ ਸਿੰਘਿਆ ਕਬੱਡੀ ਸਾਡੇ ਸ਼ਾਹ ਜੀ ਜੇਪੀ ਸ਼ਾਹ ਜੀ ਤੇ ਗੋਰਾ ਸ਼ਾਹ ਜੀ ਉਹਨਾਂ ਨੇ ਕਬੱਡੀ ਦੇ ਬੋਲਾਂ ਦਾ ਕਬੱਡੀ ਦੀ ਕਮੈਂਟਰੀ ਦਾ ਬਹੁਤ ਵੱਡਾ ਮਾਣ ਸਨਮਾਨ ਕੀਤਾ ਮੈਂ ਆਪਣੀ ਵੱਲੋਂ ਧੰਨਵਾਦੀ ਹਾਂ ਅਜੈਬ ਸਿੰਘ ਜੀ 500 ਰੁਪਇਆ ਭਿੰਦੇ ਵਾਸਤੇ ਭਿੰਦਿਆ ਗਾਂ ਜੋ ਹੋ ਗਿਆ ਹੁਣ ਮੱਝ ਵੱਲੋਂ ਤੁਰ ਪਈ ਹੈ ਗੱਲ ਤੇ 500 ਰੁਪਇਆ ਅਜੈਬ ਸਿੰਘ ਜੀ
ਪਿੰਡਾਂ ਫਿਰ ਆ ਗਿਆ ਪਿੰਡਾਂ ਕਹਿੰਦਾ ਅਜੇ ਕਿਹੜਾ ਮੈਚ ਮੁੱਕ ਗਿਆ ਅਜੇ ਕਿਹੜਾ ਮੈਚ ਮੁੱਕ ਗਿਆ ਲੱਖਰੇ ਵਾਲੇ ਨੇ ਜੱਫਾ ਲਾਇਆ ਲੱਖਰੇ ਵਾਲੇ ਨੇ ਜੱਫਾ ਲਾਇਆ ਪਿੰਡਾਂ ਨਹੀਂ ਰੁਕਦਾ ਪਿੰਡਾਂ ਨਹੀਂ ਰੁਕਦਾ ਇਹਦੇ ਪਿੰਡੇ ਵਿੱਚ ਕਬੱਡੀ ਹੈ ਕਬੱਡੀ ਹੈ ਇਹ ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ ਖੇਡਣੇ ਦੀ ਚੇਤਕ ਜੇ ਲੱਗੀ ਹੋਵੇ ਨਾ ਕੋਈ ਫਾਇਦਾ ਨਹੀਂ ਉਹ ਲੀੜੇ ਲਾਉਂਦਾ ਲਾਡੀ ਭਾਜੀ ਜੇ ਰੱਬ ਵੱਲੋਂ ਪਿੰਡੇ ਚ ਕਬੱਡੀ ਹੋਵੇ ਨਾ ਲਾਜਵੰਤ ਸਿੰਘ ਦੀ ਲਾਡੀ ਸਾਡੇ ਵਾਸਤੇ ਬਹੁਤ ਵੱਡੇ ਮਾਣ ਤੇ ਬਹੁਤ ਵੱਡੇ ਸਨਮਾਨ ਭੇਜ ਰਹੇ ਹੈ ਪਿੰਡੇ ਦੇ ਭਰਾ ਜੀ ਜਰਮਨ ਤੋਂ ਪਿੰਡੇ ਵਾਸਤੇ 500 ਰੁਪਈਏ ਦਾ ਪਿੰਡੇ ਦੇ ਮਾਤਾ ਜੀ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੇ ਬਲਜਿੰਦਰ ਸਿੰਘ ਜੀ ਜਰਮਨ ਤੋਂ ਪਿੰਡੇ ਦੇ ਵੀਰ ਜੀ ਬਹੁਤ ਵੱਡਾ ਸਨਮਾਨ ਪਿੰਡੇ ਵਾਸਤੇ ਦੇ ਰਹੇ 200 ਰੁਪਈਆ ਪਿੰਡੇ ਦੇ ਮਾਤਾ ਜੀ ਕਿ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੇ ਮਾਂ ਹੈ ਰੱਬ ਦਾ ਨਾ ਉਹ ਦੁਨੀਆ ਵਾਲਿਓ ਸਾਹਮਣੇ ਮਨਦੀਪ ਸੁਰ ਸਿੰਘ ਦੀ ਧਰਤੀ ਦਾ ਪੁਆਇੰਟ ਲੈਂਦਾ ਹੋਇਆ ਪੁਆਇੰਟ ਰੇਟਰ ਦੇ ਖਾਤੇ ਦੇ ਵਿੱਚ ਜੁੜ ਗਿਆ ਸਾਰੇ ਨੌਜਵਾਨਾਂ ਅਗਲੀਆਂ ਟੀਮਾਂ ਭਗਵਾਨਪੁਰ ਤੇ ਨਕੋਦਰ ਸੰਤ ਬਾਬਾ ਭਗਵਾਨ ਸਿੰਘ ਕਬੱਡੀ ਅਕੈਡਮੀ ਭਗਵਾਨਪੁਰ ਤੇ ਨਕੋਦਰ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਬਹੁਤ ਸਾਰੇ ਮਾਂ ਪੰਜਾਬੀ ਮਾਂ ਬੋਲੀ ਦੇ ਸਾਡੇ ਭਾਜੀ ਨਰਿੰਦਰ ਸਿੰਘ ਜੀ ਬੱਬੂ ਟੀਮਾਂ ਫੋਨ ਕਰਦੇ ਹੁੰਦੇ ਹਮੇਸ਼ਾ ਹੀ ਕਿ ਪਹੁੰਚਣਾ ਟਾਈਮ ਦੇ ਨਾਲ ਕਈ ਵਾਰੀ ਬੱਬੂ ਭਾਜੀ ਨਿਊਜ਼ੀਲੈਂਡ ਚਲੇ ਜਾਈਦਾ ਫਿਰ ਗੈਰ ਹਾਜ਼ਰੀ ਲੱਗ ਜਾਂਦੀ ਹੈ ਤੇ ਜੇ ਨਿਊਜ਼ੀਲੈਂਡ ਨਾ ਜਾਈਏ ਪਿਛਲੇ ਸਾਲ ਮੈਂ ਕੁਦਰਤੀ ਗਲਤੀ ਨਾਲ ਸਾਈ ਕਿਤੇ ਹੋਰ ਸੋਚ ਫੜ ਲਈ ਕੋਸ਼ਿਸ਼ ਕੀਤੀ ਕਿ ਜਗਰਾਜ ਤੂਫਾਨ ਦੇ ਮੇਲੇ ਤੇ ਆਪਾਂ ਜ਼ਰੂਰ ਪਹੁੰਚਣਾ ਕਿਉਂਕਿ ਸੂਰਮੇ ਦਾ ਸਥਾਨ ਹੈ ਉਹ ਅੱਜ ਉਸ ਧਰਤੀ ਤੇ ਵੱਡਾ ਕਬੱਡੀ ਕੱਪ ਤੇ ਪੁਆਇੰਟ ਰੇਟਰ ਦੇ ਖਾਤੇ ਚ ਨੌਜਵਾਨ ਨੂੰ ਬੇਸਣਾ ਨਹੀਂ ਇਹ ਖਿਡਾਰੀ ਜਿੱਤਦੇ ਸਦਾ ਖਿਡਾਰੀਆਂ ਨੂੰ ਰਹਿੰਦਾ ਦਿਲਾਂ ਦੇ ਉੱਤੇ ਪਿਆਰ ਜੇਤੂ ਸਤੋਂ ਵੱਧ ਮਲ ਵਿੱਚ ਨਿਮਰਤਾ ਸੀ ਕਾਮਾ ਐਵੇਂ ਨਹੀਂ ਹੋਇਆ ਸੰਸਾਰ ਜੇਤੂ ਦੁਨੀਆਂ ਨੂੰ ਜਿੱਤਣ ਵਾਲਾ ਕਾਮਾ ਜ਼ਿੰਦਗੀ ਚ ਕਦੇ ਵੀ ਕਿਸੇ ਨਾਲ ਝਗੜਿਆ ਨਹੀਂ ਸੀ ਮੈਂ ਸਮਾਪਤ ਆ ਜਾ ਵੀ ਨੌਜਵਾਨਾਂ ਪਹਿਲਾਂ ਤੇਰਾ ਪਿੰਡ ਦੱਸ ਗਿਆ ਪਿੰਡ ਕਿਹੜਾ ਥੋੜਾ ਢਿੱਲਾ ਜਾਣਾ ਰਿਹਾ ਗੱਲ ਬੋਲਣ ਵਾਲੇ ਢਿੱਲੇ ਨਹੀਂ ਹੁੰਦੇ ਉੱਠ ਜਰਾ ਖੜ ਜਾ ਭਿੰਦਿਆ ਭਿੰਦਿਆ ਇੱਧਰ ਆ ਜਾ ਇੱਧਰ ਆ ਤੈਨੂੰ ਪੰਜਾਬ ਲਾਈਵ ਦੇ ਉੱਤੇ ਦੁਨੀਆ ਦੇ ਦਿਖਾਈਏ ਭਿੰਦਾ ਇੱਕ ਵਾਰੀ ਭਿੰਦੇ ਲਈ ਤਾੜੀਆਂ ਮਾਰ ਦਿਓ ਹਾਂਜੀ ਭਗਵਾਨ ਸਾਹਿਬ ਚੱਲਦੇ ਮੈਚ ਰਨ ਫਤਿਹ ਦੇ ਪੁਆਇੰਟ ਫਤਿਹ ਸਾਹਿਬ ਦੇ ਪੁਆਇੰਟ ਨੇ 34 ਅਤੇ ਫਰੰਦੀਪੁਰ ਦੇ ਪੁਆਇੰਟ 27 ਨੌਜਵਾਨਾਂ ਇੱਕ ਵਾਰੀ ਮੈਨੂੰ ਪਤਾ ਅੱਜ ਲੱਗਾ ਕਿ ਤੇਰਾ ਪਿੰਡ ਚੀਮਾ ਫੁੱਟੀ ਹੈ ਤੂੰ ਜਗਰਾਜ ਸਿੰਘ ਪਠਾਨ ਦੇ ਪਿੰਡ ਦਾ ਕਿੰਨੀ ਉਮਰ ਹੈ ਤੇਰੀ 23 ਸਾਲ ਤੇ ਹੁਣ ਤੱਕ ਕਿੰਨੇ ਕੁ ਮੇਲਿਆਂ ਦੇ ਵਿੱਚ 70 ਕਿਲੋ ਚ ਮੈਨੂੰ ਲੱਗਦਾ ਕਿ ਤੂੰ ਬਹੁਤ ਮੇਲਿਆਂ ਦਾ ਫਸ ਰਿਹਾ 65 ਕਿਲੋ ਚ ਤੇ ਹੁਣ ਕੀ ਸੁਪਨੇ ਆ ਤੇਰਾ ਵੀ ਇਹ ਸੁਪਨਾ ਕਿ ਤੂੰ ਵੀ ਵਿਦੇਸ਼ ਦੇ ਵਿੱਚ ਖੇਡੇ ਕਿੰਨੇ ਸਾਲ ਹੋ ਗਏ ਕਬੱਡੀ ਖੇਡਦਿਆਂ ਨੂੰ ਤਾੜੀ ਮਾਰ ਦਿਓ ਝੰਡੇ ਦੇ ਤਾੜੀ ਮਾਰ ਦਿਓ ਤਾੜੀ ਮਾਰ ਦਿਓ ਅੱਜ ਮੇਲਾ ਰੁਕਿਆ ਇਹ ਨੀ ਤਾਂ ਤੁਸੀਂ ਨੋਟ ਦਿੱਤੇ ਆ ਉਹ ਆਪਣੀ ਸਿੱਖ ਦੇ ਜ਼ੋਰ ਦੇ ਨਾਲ ਨੋਟ ਲੈ ਕੇ ਗਿਆ ਇਸ ਗੱਲ ਨਾਲ ਸਹਿਮਤ ਹੋ ਤਾੜੀ ਮਾਰ ਦਿਓ ਨਕੋਦਰ ਤੇ ਭਗਵਾਨਪੁਰ ਨਕੋਦਰ ਤੇ ਭਗਵਾਨਪੁਰ ਖੇਡ ਮੈਦਾਨ ਵਿੱਚ ਆ ਜਾਣਗੀਆਂ ਦੂਸਰਾ ਮੈਚ ਖੇਡਿਆ ਜਾਵੇਗਾ ਨਕੋਦਰ ਤੇ ਭਗਵਾਨਪੁਰ ਇਹ ਟੀਮਾਂ ਖੇਡ ਮੈਦਾਨ ਵਿੱਚ ਪੁੱਜ ਜਾਣਗੀਆਂ ਵਧੀਆ ਰੌਣਕਾਂ ਅੱਜ ਟੀਮਾਂ ਪੁੱਜੀ ਦੇ ਧਰਤੀ ਤੇ ਦਰਸ਼ਕਾਂ ਦਾ ਖਾਠਾ ਮਾਰਦਾ ਹੋਇਆ ਇਕੱਠ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਨਕੋਦਰ ਤੇ ਭਗਵਾਨਪੁਰ ਇਹ ਟੀਮਾਂ ਖੇਡ ਮੈਦਾਨ ਵਿੱਚ ਆ ਜਾਣਗੀਆਂ
ਲਾਟੀ ਬਾਜੀ ਹੈ ਕਿਹਦੀ ਲਈ ਮਾੜਾ ਜਿਹਾ ਸੁਨੇਹਾ ਭੇਜਿਓ ਸਰਪੰਚ ਭਗਵੰਤ ਸਿੰਘ ਜੀ ਰਾਜੂ ਕੋਲੋਂ ਉਹਨਾਂ ਵੱਲੋਂ 100 ਰੁਪਈਆ ਸਤਵੰਤ ਸਿੰਘ ਜੀ ਵੱਲੋਂ ਭਿੰਦੇ ਲਈ 100 ਰੁਪਈਆ ਸਤਵੰਤ ਸਿੰਘ ਜੀ ਕੋਟਲੀ ਉਹਨਾਂ ਵੱਲੋਂ 100 ਰੁਪਈਆ ਰਾਜਵੰਤ ਸਿੰਘ ਜੀ ਲਾਟੀ ਮਚਰਾਵਾਂ ਇਹ 100 ਰੁਪਈਆ ਅੰਮ੍ਰਿਤਪਾਲ ਇਹ ਭਿੰਦੇ ਲਈ ਅਮਲਾ ਦਾ ਸਾਰੇ 300 ਰੁਪਈਆ ਭਿੰਦੇ ਲਈ ਹੈ ਅੰਮ੍ਰਿਤਪਾਲ ਸਿੰਘ ਜੀ ਕਿਸ਼ਨਕੋਟ 500 ਰੁਪਈਆ ਉੱਥੇ ਦਿਆਲ ਸਿੰਘ ਜੀ ਮਚਰਾਵਾਂ 100 ਰੁਪਈਆ ਤੇ ਮਾਨ ਸਿੰਘ ਜੀ ਨੂਰਪੁਰ 100 ਰੁਪਈਆ ਤੇ ਜਗੀਰ ਸਿੰਘ ਜੀ ਨੂਰਪੁਰ 100 ਰੁਪਈਆ ਕੁਲਵੰਤ ਸਿੰਘ ਜੀ ਕੀਮਾ ਉਹਨਾਂ ਵੱਲੋਂ ਵੀ 100 ਰੁਪਈਏ ਦਾ ਮਾਣ ਪਹੁੰਚ ਚੁੱਕਾ ਜੀ ਸਾਰਿਆਂ ਦਾ ਧੰਨਵਾਦ ਆ ਜਿਹਨਾਂ ਨੇ ਕਮੈਂਟਰੀ ਦੇ ਲਈ ਵੀ ਤੇ ਭਿੰਦੇ ਲਈ ਵੀ ਵੱਡੇ ਮਾਣ ਦਿੱਤੇ ਆ ਇਹਨਾਂ ਸਾਡੇ ਵੀਰ ਜੋ 3 ਜਾਣੇ ਕਲੇ ਦੇ ਵਿੱਚੋਂ ਨਿਕਲ ਕੇ ਵਿਖਾਉਣਗੇ ਇਸ ਵੀਰ ਦਾ ਵੀ ਆਪਾਂ ਜ਼ਰੂਰ ਮਾਨ ਸਨਮਾਨ ਕਰਾਂਗੇ 3 ਜਾਣੇ ਗੋਪੀ ਫਰੰਦੀਪੁਰੀਏ ਦਾ ਤੇ ਜੋਗਨ ਚੋਲਾ ਸਾਹਿਬ ਦਾ ਵਿਸ਼ੇਸ਼ ਸਨਮਾਨ ਹੋਣਾ ਸਟੇਜ ਤੇ ਮੈਂ ਆਪ ਇੱਕ ਵਾਰੀ ਫਿਰ ਲਾਟੀ ਭਾਜੀ ਦਾ ਮਚਰਾਵਾਂ ਵਾਲਿਆਂ ਦਾ ਧੰਨਵਾਦ ਕਰਦਾ ਉਹਨਾਂ ਦੇ ਸਾਥੀਆਂ ਦਾ ਉੱਥੇ ਪੰਜਾਬ ਦੀ ਬੁਲੰਦ ਆਵਾਜ਼ ਨਿਰਮਲ ਸਿੰਘ ਜੀ ਨਿਮਾ ਦੋਬ ਉਹ ਵੀ ਸਾਡੇ ਦਰਮਿਆਨ ਪਹੁੰਚਿਆ ਸਾਡੀ ਜ਼ਿੰਦਗੀ ਦੇ ਪਰਮ ਪਿਆਰੇ ਮਿੱਤਰ ਨਿਰਮਲ ਸਿੰਘ ਜੀ ਨਿਮਾ ਦੋਬ ਉਹਨਾਂ ਨੂੰ ਵੀ ਜੀ ਆਇਆ ਆਖਾਂਗੇ ਭਿੰਦੇ ਨੂੰ ਬੇਨਤੀ ਹੈ ਕਿ ਆਪਣੇ ਪੈਸੇ ਦੇ ਕੇ ਬਰਾਬਰ ਕਰ ਲਵੇ ਭਿੰਦਾ ਸਾਰੀ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਕਬੱਡੀ ਕੱਪ ਪੰਜਾਬ ਲਾਈ ਵਨ .com ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਅਤੇ ਨਾਲ ਸਾਡੇ ਵੀਰ ਆਵਾਜ਼ ਇੱਕ ਮਿੰਟ ਨਿਰਮਲ ਸਿੰਘ ਜੀ ਨਿਮਾ ਬੋਗ ਨਿਮਾ ਜੀ ਜਗਰਾਜ ਤੂਫਾਨ ਲਈ ਕੁਛ ਲਿਖ ਕੇ ਆਇਆ ਉਹ ਤੁਹਾਨੂੰ ਸੁਣਾ ਦਿੰਦੇ ਆ ਕਿ ਛੋਟੀ ਉਮਰ ਇਤਿਹਾਸ ਦੇ ਪੰਨਿਆਂ ਤੇ ਬਾਂਗ ਮੋਤੀਆਂ ਆਪਣਾ ਨਾਮ ਜੜ ਗਿਆ ਕੀਮਾ ਖੁੱਡੀ ਦੀ ਧਰਤੀ ਦਾ ਉਹ ਸੂਰਮਾ ਸੀ ਵੀਰਾ ਪੰਜਾਂ ਭੈਣਾਂ ਦਾ ਹਕੂਮਤਾਂ ਦੇ ਮੋਹਰੇ ਖੜ ਗਿਆ ਹਿੰਦੂ ਸਿੱਖ ਸੀ ਸਾਰੇ ਉਹਨੂੰ ਪਿਆਰ ਕਰਦੇ ਸਾਰੀਆਂ ਕੌਮਾਂ ਦੇ ਉਹ ਦਿਲਾਂ ਦੇ ਵਿੱਚ ਵੜ ਗਿਆ ਹੋਰ ਕਿਸੇ ਤੋਂ ਹੋਣੇ ਨੀ ਉਹ ਜਹਾਨ ਯਾਰਾ ਜਿਹੜੇ ਕੰਮ ਜਗਰਾਜ ਤੂਫਾਨ ਕਰ ਗਿਆ ਓਵਰ ਟੂ ਬਲਜਿੰਦਰ ਦੀਪ ਵੇਟ ਲਿਫਟਰ ਉਹਨੇ ਵੱਲੋਂ ਭਿੰਦੇ ਵਾਸਤੇ ਬਹੁਤ ਸਾਰੇ ਮਾਲ ਚੌੜੇ ਮਧਰੇ ਵਾਲਾ ਜੱਸ ਆ ਗਿਆ ਜੱਸ ਬਾਂਹ ਖੜੀ ਕਰ ਨੌਜਵਾਨਾਂ ਮਾਣ ਹੈ ਤੈਨੂੰ ਇਸ ਇਲਾਕੇ ਦਾ ਮਾਣ ਹੈ ਅੱਜ ਨਾਨਕ ਸਾਹਿਬ ਕਲੱਬ ਮਕੋਤਲ ਵੱਲੋਂ 40 ਲੋਕੋ ਦੇ ਵਾਲਾ ਕਿੱਥੇ ਆ ਨੌਜਵਾਨ ਅੱਜ ਉਹਨੂੰ ਮੋਟਰਸਾਈਕਲ ਦਿੱਤਾ ਜਾਣਾ ਧਰਤੀ ਤੇ 40 ਨੂੰ ਮੈਂ ਬੇਨਤੀ ਕਰਦਾ ਸਰਪੰਚ ਸਾਹਿਬ ਇਸ ਨਗਰ ਦੇ ਸਾਡੇ ਕੁਲਦੀਪ ਸਿੰਘ ਜੀ ਕਹਿੰਦੇ ਸੀ ਕਿ 2 ਮਿੰਟ ਨੂੰ ਹੀ ਬੋਲਣਾ ਹੈ ਮੈਂ ਬੇਨਤੀ ਕਰਦਾ ਪ੍ਰਬੰਧਕਾਂ ਨੂੰ ਕੋਈ ਜੇ ਸ਼ਖਸੀਅਤ ਨੇ ਆਪਣੇ ਵਿਚਾਰ ਰੱਖਣੇ ਆ ਉਹਨਾਂ ਨੂੰ ਮਾਈਕ ਦਿੱਤਾ ਜਾਵੇ ਨੌਜਵਾਨਾਂ ਕਾਰਪਾਂ ਖੜੀ ਵੱਡੇ ਜੱਥੇ ਲਾਉਂਦਾ ਸੰਤਵਾਂ ਦੀ ਧਰਤੀ ਤੇ ਵੀ ਤੂਫਾਨ ਲੱਗੇ ਹੈ ਸਾਜਨ ਵੀ ਆ ਗਿਆ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਉਦੋਂ ਨਕੋਦਰ ਦੀ ਟੀਮ ਆਈ ਆ ਕੋਈ ਨਹੀਂ ਵੀ ਨਕੋਦਰ ਹੋ ਗਿਆ ਹੋਏ ਨਾ ਮੈਂ ਗੱਲ ਸੁਣ
हाँ जी अभी मैच बड़ा छोटी का मैच खेडिया जाएगा। स्टेज जो सजे पासे टीम भगवानपुर की टीम स्टेज खब्बे पासे टीम नकोदर की टीम इन्हां दोनों टीमों दरमियान बहुत वधिया ये बड़ा फसला मैच खेडिया जाएगा। आगे ने खिडारी देखो खिच के तैयारियां मेहनतों के नाल इन्हां बढ़िया शिंगारियां लगूगा मैदान में जोर अड्डी चोटी का बंदा कोटी तो हीरा बन गए जिन्हों लग जाए उश्क कबड्डी का जिन्हों लग जाए उश्क कबड्डी का दुनिया के महंगे मुल के खिडारी अज कीमा खुदी की धरती से खुशे है या सचौड़े मदे वाला नटा बल कुड़िया खुश दिवाल जमा उसे लंगर साजन बाबा बगड़ा साहब धूरी दूरे लंगर जो दुनिया के महंगे मुल के खिडारी खुशी है रनिया राणीपुर बिना चोला साहब किंदी बाबूवाल इंद्रजीत चोला साहब बहुत जो वधिया खिडारी अज चीमा खुदी की धरती से खुशे है बटे मान सम्मान दिते जाने हैं कि जिथे गए पंजाबी लै के नाल कबड्डी ता ही रुकदा मिलिया अज कमाल कबड्डी कुल पंजाबी खेडा की सरदार कबड्डी जुगा जुगा तो कल पंजाबी प्यार कबड्डी दोनों टीम लाइनअप हो गई दोनों टीमों आशीर्वाद देने के लिए सतंत्र सिंह जी प्रधान साहब लाजवंत सिंह जी लाटी मित्रावा नरेंद्र सिंह जी बबू पिंटू चीमा कुलदीप सिंह जी सलाहकार जेपी चीमा परमिंदर सिंह जी पूरन सिंह जी दयाल सिंह जी अमरपाल सिंह जी काका अमरपाल सिंह जी किशनकोट वाले भी नाल आउंगे जगराज सिंह जी सरपंच साहब वो भी नाल आउंगे विक्रमजीत सिंह जी एम ए कोट सतनाम सिंह जी नवतेज सिंह जी उत्थे भाई जगराज सिंह किसान के भरोइए सतविंदर सिंह जी राजू बेला सतविंदर सतवंत सिंह जी कोटली पूरन सिंह जी दकोहा भाई इंद्रजीत सिंह जी भाई जगराज सिंह जमात वो भी नाल आउंगे भाई लाजवंत सिंह जी लाडी मित्रावा बहुत बड़ा मान बहुत बड़ा सत्कार पंजाबी मां बोली का भाई इंद्रजीत सिंह जी नूं बेनती करांगे वो भी नाल आउंगे उत्थे सिकंदर सिंह जी प्रधान साहब अजैब सिंह जी नरेंद्र सिंह पप्पू पेंटू चीमा कुलदीप सिंह जी सलाहकार परमिंदर सिंह जी जेपी शाह जी दयाल सिंह जी विक्रमजीत सिंह जी एन ए कोट सतनाम सिंह जी सतवंत सिंह जी राजू बेला सतवंत सिंह कोटली पूरन सिंह जी दकोहा उन्होंने सारिया शख्सियतों बेनती है कि मैदान के तरनजीत सिंह जी मैंबर वो भी नाल आएंगे जो मैं बेनती करना कि आशीर्वाद दिता जाए दोनों टीमों आशीर्वाद दिता जाए कि आए मेहमान से गोडी हाथ लाएंगे आदर पूरा कर रहे हैं रबा सानू जित देनी ध्यान रब का धरते ने रेकू पटवारी जी ध्यान मैं देना नहीं दे सकता आप मेला तुम्हें मैं दिखा रहा रेकू पटवारी क्योंकि माझे की हर शख्सियत आ जिम्मे भाजी जमिंदर सिंह जी साधना फिर कबड्डी के महान प्रमोटर मेरे लिए हमेशा ही बड़ा मान से मेरे लिए बड़ा सत्कार है मैं बेनती कर रहा भाजी जमिंदर सिंह जी साधना वो भी मैदान के आवगे कबड्डी के महान प्रमोटर
भाई सुरेंद्र सिंह जी संधवा उन्होंने भी प्रबंधक मैदान के याद कर रहे हैं। भाई सुरेंद्र सिंह जी संधवा आशीर्वाद दिता जा रहा है कि आए मेहमान के गोदी हाथ लाते आदर पूरा करते ने रबा सानू जित देवी ध्यान रब का धरते ने खेड है जिता हारा दी कई जितते ने कई हारते ने जो धनी होंगे ने किस्मत दे घर खड़े ने चंगे इंसान असफलता सफलता तोलते ने जिमें भगत बंदगी कौम की जिंदगी तोलते ने खड़ारी हारा के जिता तोलते ने लाजवंत सिंह की लाटी मटराव वाले ने एक याद करी तस्वीर पंजाब लाइव वन देते खिंचाई है। निर्मल सिंह जी बोल योगा सिंह जोगी के नाल कदे हाजरी भाई ते हुण बतौर पत्रकार भी सेवावां दिंदे आ। निर्मल सिंह जी बोल साहब योगा सिंह जोगी ने कबड्डी लई भी लिखिया सुलखण सिंह रियाण नाल रल के कि जे हित विच जोर होवे लोकी तां पुछदे सरनामा हरजीत बरार जहे बिरले पुत जमदियां मावां। साडा वीर हनी लिकरा वाला अज नकोदर की टीम लैके पहुंचा लिकरा वाले हनी का भी धन्यवाद है जिन्हें अज नकोदर की टीम बनाई है। दूसरे पासे भगवानपुर की टीम सुखदेव सिंह बालू औलखा वाला भी पहुंच चुका खेड कबड्डी का महान खिलाड़ी। नानक सर क्लब गुरदासपुर वालों अज काली लोको के वाले का मोटरसाइकिल के नाल सन्मान किया जाना। मैंने बाइक में लगे ये बड़ी कार्य लगती हाँ जी। एक पास टीम भगवानपुर की टीम के दूसरे पास नकोदर की टीम बहुत वधिया मैच खेडिया जाएगा। दुनिया पहुंची जाती दूर मेरे हम आगे सिंह फसली कुंडिया के मैच कबड्डी का होना पिंडे चमकण मुंडिया के सब ने जोर हिक का लाना हुंदे तेर निशाना दे खड़ के हिखू फुल जमाना कप ओहियो जितणगे जिन्हां दे डवरिया पट्टां विच जाना कप ओहियो जितणगे जिन्हां दे डवरिया पट्टां विच जाना। दुनिया के महंगे मुल्दे खिडारी अज खेड मैदान में पुजे है। सुखमदीप सिंह जी आईलैट सेंटर तो पहुंचे उन्होंने इतने पहुंचे से की आया सुखमदीप सिंह जी आईलैट सेंटर तो पहुंचे जो अज तगड़े खिलाड़ियों की गल लोगों के वाले निर्मल नौजवानों तू रेटा पा के दुनिया में आना एक बार ग्राउंड वालू आके संगतों के साथ फतेह साझी कर ये निर्मल रोको गई धरती का अठवाला वाले तेरा भी ना है नौजवानों दुनिया से अठवाला वाले खुश रहे भी ताली मार दो दूए पासे बिलू भी सानी वाला अज फगवाले की धरती तो जफे लाने लिए आया उस रानिया राणीपुर की धरती का तगड़ा रेडर है। इधर जमे उदय नंगल वाले ने भी धरती मां नू टेक दिता मथा ते रेड पौंदे मथा धरती नू टेक के भुख लेंदी यार पिंडिया नू देख के जदों बार मत हो के छाला लाउंदे ने गभरू कबड्डी खेड के पूरा जग उत्ते ना चमकाउंदे ने। पहली रेड पौंदे लई इह आ रनिया फगवाड़े दे लागे इस नौजवान दा राणीपुर पिंड दा जिथों दा लाली राणीपुर दी धरती दा महान खिडारी होया कनेडा दे विच तगड़ा खेडिया उसे पिंड दा इह रनिया क्या दी गई बरेस है जिस बरेस लई देवी मखसूस पूरी कहिंदा
बाकी जिंदगी ते एवी खोजिया ढोना है सोवे तो बीवे तक हो लेना जो होना है। एक पासे जम्मा उदय नगर की धरती का नाल ही अठवाला वाला नाल ही नौजवान सोलह संधवा वाला आ इसे इलाके का महान खिडारी है जोगिंदर सिंह जी संधवा साहब। इनू छोटा जस्सा कहते सी पर हुण ये वड्डा जस्सा बन गया है कि पिंड चौड़े मतले का जस दोस्त सियासी के खाते दे विच आ नौजवान लगा जिहदा पिंड हसनपुर है जिसने बलपुरिया पिंड मशहूर किया है जो पाकिस्तान की धरती से 13 जनवरी 2013 खेडिया। फिर गल हुई थी कि उधर ही रह गया ननकाणा साहब इसा का उस धरती के उत्ते पंजाब साहब फबदा जहान यारा बागे तो है पार साडा बहुत कुछ ताही पाकिस्तान सानू आपना है लगता। यह जस्सा लुकड़ा वाला जिथों के चंडू ने लिखिया कि गिद्धिया की रानी तू गिद्धे विच आ आके जरा लत लिखा सामने यह बिला जिदा नशहरा पिंड है पर चेला साहब लोग वही खेल है मारिया तक अठवाला मारा खुश संधवा के संगत खुश की है जफ्फे ला के ताली भी आ गया काली रंगों का बाह फरी कर अब तेन मोटरसाइकिल मिलना नौजवान नानक सर क्लब गुरदासपुर वालों सामने साजन है बाबा बकाला साहब की धरती का जिथे साहब तेग बहादुर जी महाराज ने 26 साल 9 महीने 13 दिन तपस्या की गुरु गोबिंद सिंह जी महाराज का संसार आगमन होया। सामने नौजवान जगू चोला साहब की धरती का नहीं जखा ला सके। अगली रेल पाने लिए इंद्रजीत चोला साहब की धरती का खिलाड़ी के गुंडे पत्ता ताई जगे हर तरह का ही कच्छा कितने चले तकनीक कितने चलता है धक्का तकनीक ने नाल पॉइंट लै गया। आ नौजवान इहदे पिता देबू औलखा वाले ने भी कबड्डी खेडी है। इह देबू औलख का पुत्र करन औलखा वाला इह पिता बरकूट नसलपुर घोड़ा बहुता नहीं ते थोड़ा थोड़ा पिता बरकूट नसलपुर घोड़ा निर्मल सिंह जी तुसीं ते देखिया होणा देबू औलखा वाले नूं इह देबू औलखा वाले का पुत्र है पिल्लू सानी वाला इहदा नंग नंग अज जगराज तूफान की धरती से कीमा खुडी की धरती से लग्या होया मेला के छोटी उम्र इतिहास के पन्निया से बाघ मोटिया अपना नाम डर गया कीमा खुडी की धरती का वह सूरमा सी वीर पंजा भैणा का हुकूमत के मोहरे खड़ गया हिंदू सिख सी उन्हूं प्यार करते सारिया कौमां ने दिलों के बिच सी बढ़ गया। फिर किसे तो होने नहीं कहान जाना जेरे कम जगराज तूफान कर गया जेरे कम जगराज तूफान कर गया। हिंदुआ ने भी कहा कि साडा सूरमा ते सिखा ने भी कहा कि साडा सूरमा अज सूरमा अज शहीद नू अज एक बली जोड़े नू याद किया जा रहा है। साफा कीड़े फुकाना वाला उधर बिलू सानी वाला इसाना झोटिया ने फेर कि औखा जिंदगी दे विच खिडारी बनना औखे ढेर ने सना झोटिया ने खेडन नू खेडदी कुल दुनिया रुस्तां खेल सुंदे ने पोतिया दे सामने रनिया रानीपुर दी धरती आ। अगली रेड पाउंदा हरमन जलालपुरिया तेरा मैदाना दे विच नौजवाना नाम चलदा है तैनू वाहेगुरु ने तैनू गुरु रामदास जी ने जफ्फे बख्शे है उधर अठवाला वाला खुश हो जफ्फा लाउंदा होया है कि खरा जाफी जिहनू तकनीक हैगी पुट पट के पती पैण दी जी कई जाफी चुप रख दे जफ्फा ला के उत्ते पैण दी जी सामने धूरी बोए नंगल की धरती का ये रेल खड़ी कबड्डी विच ता पैंदी होवे पिंडे च छोटी जे बाज वर्गी कोई खेल कबड्डी जहान यारा जेड़ी पंजाबियां दे दिलां ते राज करदी। एक पासे जीवन है सामने बिलू सानी वाला एक दे योग दे नाल
ਚਾਹਨਾ ਹੋਇਆ ਕਿ ਜਿਸ ਵੇਲੇ ਮਾਲਕ ਦੀ ਹੋਵੇ ਕਿਰਪਾ, ਬੰਦਾ ਆਣ ਕੇ ਮੈਦਾਨ ਵਿੱਚ ਜੋਰ ਮਾਰਦਾ, ਯਾਰ ਬੇਲੀ ਘਰ ਦੇ ਜੇ ਹੋਰ ਸਿਰਦੇ ਉਸ ਵੇਲੇ ਬੰਦਾ ਜੋਰ ਹੋਰ ਮਾਰਦਾ। ਸਾਹਮਣੇ ਬਿੱਲੇ ਨਸ਼ਹਿਰੇ ਵਾਲੇ ਦੀ ਕਬੱਡੀ ਹੈ, ਸਲਾਈਆਂ ਵਾਹਾਂ ਉੱਧਰ ਜਸ ਕਿਉਂ ਮਧਰੇ ਵਾਲਾ। ਕੋਈ ਗੱਲ ਨੀ ਨੌਜਵਾਨਾਂ, ਉਹੀ ਜਿੱਤਦੇ ਬਾਜੀ ਵਿੱਚ ਦੁਨੀਆ, ਜਿਹੜੇ ਜਿੱਤਾਂ ਲਈ ਬਾਜ਼ੀਆਂ ਹਾਰਦੇ ਨੇ। ਉੱਠ ਖਾਲਸਾ ਗੁਰੂ ਲਾਲ ਤੈਨੂੰ ਬਾਜਾਂ ਵਿੱਚ ਸਰਹੰਦ ਦੇ ਮਾਰਦੇ ਨੇ, ਉੱਠ ਖਾਲਸਾ ਗੁਰੂ ਦੇ ਲਾਲ ਤੈਨੂੰ ਬਾਜਾਂ ਵਿੱਚ ਸਰਹੰਦ ਦੇ ਮਾਰਦੇ ਨੇ। ਦੁਨੀਆ ਦਾ ਮਹਾਨ ਪ੍ਰਮੋਟਰ ਸ਼ੰਭੂ ਸਪੇਨ ਫਾਰਸੀ ਲੋਨੇ ਦੀ ਧਰਤੀ ਤੋਂ ਅੱਜ ਗੁਰਦਾਸਪੁਰੀਆਂ ਨੂੰ, ਅੱਜ ਚੀਮਾ ਖੁੱਡੀ ਵਾਲਿਆਂ ਨੂੰ ਮੁਬਾਰਕਬਾਦ ਦੇ ਰਿਹਾ। ਕੱਲ ਕਹਿੰਦੇ ਵੱਡਾ ਕਬੱਡੀ ਕੱਪ ਹੋਇਆ ਪਰਸਰਾਮਪੁਰ ਦੀ ਧਰਤੀ ਦੇ ਸਾਹਮਣੇ ਸਾਹਮਣੇ ਇੰਦਰਜੀਤ ਅਗਲੀ ਰੇਡ ਪਾਉਂਦਾ। ਇਹ ਇੰਦਰਜੀਤ ਦੀ ਕਬੱਡੀ ਹੈ, ਇੰਦਰਜੀਤ ਅਗਲੀ ਰੇਡ ਪਾਉਂਦਾ। ਤੇ ਇੱਧਰ ਕੋਲਾ ਸੰਧਵਾਂ ਦੀ ਧਰਤੀ ਦਾ ਕੋਲਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਅਗਲੀ ਰੇਡ ਪਾਉਣ ਦੇ ਲਈ ਪਾਵਲ ਗਿਆ ਕਬੱਡੀ ਸਰਦਾਰੀ ਵੀ ਕਾਇਮ ਹੈ ਕਿ ਤਿਲਕ ਜੰਜੂ ਲਈ ਜੇਨਾ ਗੁਰੂ ਲਾਵਾ ਚਾਂਦਨੀ ਚੌਂਕ ਦੇ ਵਿੱਚ ਭਗਵਾਨ ਹੁੰਦਾ ਬਲੀ ਦੇ ਕੇ ਚਾਰੇ ਪੁੱਤਰਾਂ ਦੀ। ਜੇਕਰ ਖੁਸ਼ਨਾ ਸੋਢੀ ਸੁਲਤਾਨ ਹੁੰਦਾ ਅੱਜ ਵੀ ਦਿੱਲੀ ਦੇ ਤਖ ਦੇ ਉੱਤੇ ਰਾਜ ਕਰਦਾ ਕੋਈ ਮੁਹੰਮਦ ਜਾਂ ਖਾਨ ਹੁੰਦਾ, ਲਾਲ ਕਿਲੇ ਤੇ ਝੂੰਦਾ ਚੰਨ ਤਾਰਾ ਸਾਰਾ ਭਾਰਤ ਹੀ ਪਾਕਿਸਤਾਨ ਹੁੰਦਾ। ਜੱਗੂ ਚੋਰਾ ਸਾਹਿਬ ਦੀ ਧਰਤੀ ਦਾ ਤਾਲੀ ਮਾਰ ਦਿਓ, ਤਾਲੀ ਮਾਰ ਦਿਓ। ਹੁਣ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਅਗਲੀ ਰੇਡ ਲਈ ਇਹ ਕਿੰਦੀ ਜਿਹੜਾ ਦਾਦੂ ਔਰ ਪਿੰਡ ਹੈ ਨੂਰ ਮਹਿਲ ਦੇ ਏਰੀਏ ਦੇ ਵਿੱਚ, ਕਿ ਦੁਰਕਾਰਾ ਵੱਜ ਜਾਵੇ ਰਾਂਝਣਾ ਨੂਰ ਮਹਿਲ ਦੀ ਮੋਰੀ। ਜੰਮਾ ਉਦੋਂ ਨਗਰ ਦੀ ਧਰਤੀ ਦਾ ਨਹੀਂ ਜਫਾ ਲਾ ਸਕਿਆ। ਪਾਰੇ ਕਬੱਡੀ ਤੇ ਰੇਡਾ ਖਿੱਚ ਕੇ ਪਾਉਂਦੇ ਨੇ, ਉਹਨਾਂ ਦੇ ਪਿੰਡੇ ਵਿੱਚ ਕਬੱਡੀ ਸਹੀਦੇ ਹੱਥ ਨਹੀਂ ਆਉਂਦੇ ਨੇ, ਜਿਹਨਾਂ ਦੇ ਪਿੰਡੇ ਵਿੱਚ ਕਬੱਡੀ। ਇਹ ਸਾਜਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਖਿਡਾਰੀ ਅਗਲੀ ਰੇਡ ਪਾਉਂਦਾ ਗੁਰਸੇਵਕ ਟੋਪਾ ਰਾਣੀ ਬਲਾ ਵਾਲਾ, ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਅਗਲੀ ਰੇਡ ਪਾਉਣ ਦੇ ਲਈ ਇਹ ਰਣੀਆਂ ਰਾਣੀਪੁਰ ਦੀ ਧਰਤੀ ਦਾ ਕਿ ਲੁੱਟ ਹੈ ਜਿਹਦਾ ਹੋਰ ਖੇਡਾਂ ਨਾਲੋਂ ਵੱਖਰਾ ਹੀ ਰੰਗਲੇ ਪੰਜਾਬ ਦੀ ਤੇ ਸ਼ਾਨ ਹੈ ਕਬੱਡੀ ਜੀ। ਪਾਉਂਦੇ ਦੇ ਕੁਈਤਾ ਜਿਹੜੇ ਇਹਦੇ ਨਾਲ ਦੋਸਤੋ ਉਹਨਾਂ ਲਈ ਤੇ ਬਣ ਜਾਂਦੀ ਮਾਣ ਹੈ ਕਬੱਡੀ ਜੀ। ਜੋ ਤਕਨੀਕ ਦਾ ਇਹ ਸੋਹਣਾ ਜਿਹਾ ਸੁਮੇਲ ਯਾਰੋ ਲਾ ਕੇ ਖੇਡ ਹੁੰਦੀ ਪੂਰੀ ਜਾਨ ਹੈ ਕਬੱਡੀ ਜੀ। ਜੰਮਾ ਉਦੋਂ ਨਗਰ ਦੀ ਧਰਤੀ ਦਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਸਾਹਮਣੇ ਆ ਨੌਜਵਾਨ, ਇਹ ਆ ਨੌਜਵਾਨ ਕਰਨ ਔਲਖਾ ਵਾਲਾ ਤੇ ਪੱਪੂ ਸਖਰਾਜ ਤੇ ਧਾਲੋ ਵਾਲੀ ਸ਼ੱਬਾ ਔਲਖ ਜੀਤਾ ਕਹਿੰਦੇ ਵਿੱਚ ਮੈਦਾਨਾਂ ਛਾ ਗਏ। ਦੁੱਧ ਜਿਹਨਾਂ ਮਾਵਾਂ ਦਾ ਪੀਤਾ ਛਿੰਦੇ ਅਮਲੀ ਨੂੰ ਲੋਕੀ ਅੱਜ ਤੇ ਆਉਂਦੇ ਨੇ, ਕਈ ਰੇਡਾਂ ਪਾਉਂਦੇ ਨੇ, ਕਈ ਜੱਫੇ ਲਾਉਂਦੇ ਨੇ। ਹੁਣ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਅਗਲੀ ਰੇਡ ਆਇਆ ਬਿੱਲਾ, ਨਸ਼ਹਿਰੇ ਵਾਲਾ ਬਿੱਲਾ ਜੇ ਧਰਤੀ ਨੇ ਕਬੱਡੀ ਲਈ ਕਿਰਪਾਲ ਸਾਧ ਪੈਦਾ ਕੀਤਾ, ਜੇ ਧਰਤੀ ਨੇ ਕਬੱਡੀ ਲਈ ਸ਼ਬਦ ਸਿੰਘ ਪੱਲੂ ਪੈਦਾ ਕੀਤਾ, ਜੇ ਧਰਤੀ ਨੇ ਕਬੱਡੀ ਲਈ ਮੋਹਣਾ ਧਾਲੀ ਬਾਲ ਜਾਂ ਫਿਰ ਰਸਾਲਾ ਰਾਮਗੜ ਕੋਟਲੇ ਵਾਲਾ ਪੈਦਾ ਕੀਤਾ, ਉਸੇ ਏਰੀਏ ਦਾ ਖਿਡਾਰੀ ਪੁਆਇੰਟ ਲੈ ਗਿਆ। ਆ ਨੌਜਵਾਨ ਸਾਡਾ ਕੀੜੀ ਅਫਗਾਨਾ ਵਾਲਾ ਫੇਸਬੁੱਕ ਦੇ ਉੱਤੇ ਚਾਹੇ ਹੋਏ ਕਿ ਕੀੜੀ ਅਫਗਾਨਾ ਵਾਲਾ 4 ਅਪ੍ਰੈਲ ਨੂੰ ਫਜਾਲੇ ਦੇ ਖੇਡ ਮੇਲੇ ਦਾ ਫਜਾਲੇ ਦੇ ਕਬੱਡੀ ਕੱਪ ਦਾ ਸਰਵੋਤਮ ਖਿਡਾਰੀ ਰਿਹਾ। ਇਹ ਆ ਸਾਬਾ ਤੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਕੀੜੀ ਅਫਗਾਨਾ, ਉੱਥੋਂ ਦਾ ਇੱਕ ਸ਼ਾਬਾ ਸੁਣੀ ਦਾ ਸੂਕੇ ਬੰਦ ਤੁਫਾਨਾ, ਕਹਿੰਦੇ ਵਿੱਚ ਮੈਦਾਨ ਦਿਖਾਲਦਾ ਆਪਣੀਆਂ ਉਹ ਜਾਨਾ ਕਬੱਡੀ ਵਿੱਚ ਬਣਾ ਗਿਆ ਏ, ਪੂਰੀਆਂ ਸ਼ਾਨਾ ਕਬੱਡੀ ਵਿੱਚ ਬਣਾ ਗਿਆ ਏ। ਸਾਹਮਣੇ ਨੌਜਵਾਨ ਇੰਦਰਜੀਤ ਚੋਲਾ ਸਾਹਿਬ ਦੀ ਧਰਤੀ ਦਾ ਖਿਡਾਰੀ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਚਰਨ ਪਾਏ ਭੈਣੀ ਤੋਂ ਚੋਲਾ ਸਾਹਿਬ ਬਣ ਗਿਆ। ਉੱਧਰ ਇਹ ਜੰਮਾ
ਉਦੋਂ ਨਗਰ ਦੀ ਧਰਤੀ ਇਸ ਨਗਰ ਦੀ ਜੂਹ ਦੇ ਵਿੱਚ ਦੰਦ ਵੀ ਟਕਸਾਲ ਦਾ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਬਣਿਆ ਹੈ ਉਹ ਧਰਤੀ ਹੈ ਰੇਟਰ ਦੇ ਖਾਤੇ ਦੇ ਵਿੱਚ ਜੁੜ ਗਿਆ ਸਾਹਮਣੇ ਭੂਏ ਭੂਏ ਨੰਗਰ ਜਦੋਂ ਔਖਾ ਵਾਲੇ ਪਾਊ ਨੇ ਇਹਨੂੰ ਘੜਿਆਲੇ ਵਿੱਚ ਖੜਾਇਆ ਇਹ ਮੋਟਰਸਾਈਕਲ ਜਿੱਤ ਲਿਆ ਇਹਨੇ ਕਬੱਡੀ ਨੂੰ ਦੱਸ ਦਿੱਤਾ ਕਿ ਆਉਣ ਵਾਲਾ ਸਮਾਂ ਮੇਰਾ ਹੈ ਹੁਣ ਬਹੁ ਦੁਨੀਆ ਦੇ ਵੱਖ ਵੱਖ ਪ੍ਰਮੋਟਰ ਪੁੱਛ ਰਿਹਾ ਇਹ ਭੂਈ ਗੂੜੇ ਨੰਗਲ ਵਾਲਾ ਕਿੱਦਾਂ ਖੇਡਦਾ ਇਹ ਆ ਭੂਈ ਗੂੜੇ ਨੰਗਲ ਵਾਲਾ ਰਈਏ ਵਾਲਾ ਕਿ ਮੈਂ ਇੱਥੇ ਤੇ ਢੋਲ ਮੇਰਾ ਰਈਏ ਜਿਹੜੀ ਲੈ ਸੱਜਣਾ ਨੂੰ ਪਈਏ ਜਿਵੇਂ ਅਮਰਜੀਤ ਗੁਰਦਾਸਪੁਰੀ ਕਹਿੰਦਾ ਹੁੰਦਾ ਸੀ ਕਿ ਚੀਤੀ ਚੀਤੀ ਪਗੜੀ ਦੇ ਟੁੱਟ ਟੁੱਟ ਬੰਨ ਵਿੱਚ ਵੇ ਗੁਲਾਬੀ ਫੁੱਲ ਟੰਗਿਆ ਕਰਦੇ ਮੁੰਡਿਆ ਗੁਰਦਾਸਪੁਰੀਆ ਇੱਕ ਪਾਸੇ ਕਿੰਦੀ ਹੈ ਦਾਦੂ ਵਾਰ ਵਾਲਾ ਦੂਏ ਪਾਸੇ ਕਾਲੀ ਦਾ ਨਾਮ ਵੀ ਕਾਲੀ ਹੈ ਤੇ ਪਰਮਾਤਮਾ ਵੱਲੋਂ ਰੰਗ ਵੀ ਕਾਲਾ ਹੈ ਕਿਉਂਕਿ ਰੰਗ ਦੋ ਹੀ ਨੇ ਵੀ ਸੋਹਣੇ ਹੁੰਦੇ ਨੇ ਸਾਹਮਣੇ ਵਾਲਾ ਅਗਲੀ ਰੇਡ ਅੱਗੇ ਨੂੰ ਵੱਧ ਕੇ ਪਾਉਣਾ ਹੋਇਆ ਚੱਲੋ ਕੇ ਚੱਲਣਾ ਹੀ ਜ਼ਿੰਦਗੀ ਹੈ ਵਧੋ ਕੇ ਵਧਣਾ ਹੀ ਜ਼ਿੰਦਗੀ ਦਾ ਪਹਿਲਾ ਪੜਾਅ ਤੇਰੇ ਹੋਸ਼ ਬਣਦੇ ਪੱਥਰ ਤੋਂ ਮੋਤੀ ਜੇ ਕਰ ਹੈ ਹੋਸ਼ ਰਾਜੇ ਫਤਿਹ ਦਾ ਬੱਟਾ ਇਹ ਆ ਛੋਟਾ ਘੋੜਾ ਸ਼ਾਮਪੁਰੇ ਵਾਲਾ ਬੁੜੀਆਂ ਬੋਲੀ ਪਾਉਂਦੀਆਂ ਸੀ ਕਿ ਬਾਹਰੀ ਬਸੀ ਖੱਟ ਕੇ ਲਿਆਂਦਾ ਤਾਂਗਾ ਬਾਹਰੀ ਬਸੀ ਖੱਟ ਕੇ ਲਿਆਂਦਾ ਧਾਗਾ ਨਾਲ ਵੀ ਕਹਿੰਦੀ ਅੱਗੇ ਕੀ ਕਹਿੰਦੀ ਅੱਗੇ ਘੋੜਾ ਇਹ ਘੋੜਾ ਸੁਣਾ ਲੈ ਗਿਆ ਸਾਹਮਣੇ ਆ ਨੌਜਵਾਨ ਰਣੀਆਂ ਰਾਣੀਪੁਰ ਦੀ ਧਰਤੀ ਦਾ ਅਗਲੀ ਰੇਟ ਪਾਉਂਦਾ ਸੰਧਵਾ ਵਾਲਿਆ ਸੰਧਵਾ ਵਾਲਿਆ ਬੋਲਿਆ ਜੋ ਮੈਂ ਕਹਿਣਾ ਸੀ ਇਹ ਤੈਨੂੰ ਪਤਾ ਲੱਗ ਗਿਆ ਪਰ ਪਰਮਾਤਮਾ ਨੇ ਜਫਾ ਲੈਣਾ ਲਾਉਣਾ ਤੂੰ ਹੈ ਉਧਰ ਕਾਲੀ ਲੋਕੋ ਕੇ ਵਾਲਾ ਕਹਿੰਦਾ ਜੇ ਮੋਟਰਸਾਈਕਲ ਮਿਲਣਾ ਜੇ ਅੱਜ ਨੀ ਜੱਫੇ ਲਾਉਣੇ ਤੇ ਲਾਉਣੇ ਕਦੋਂ ਜੇ ਅੱਜ ਨੀ ਜੱਫੇ ਲਾਉਣੇ ਤੇ ਲਾਉਣੇ ਫਿਰ ਕਰੂੰ ਜਾਫੀ ਦੇ ਖਾਤੇ ਔਰਖਾਂ ਵਾਲਾ ਖੁਸ਼ ਹੈ ਬਾਊ ਕਿ ਸਾਡੀ ਟੀਮ ਹੁਣ ਤਗੜਾ ਖੇਡਦੀ ਹੈ ਰੇਕੂ ਪਟਵਾਰੀ ਇਹ ਸ਼ਖਸੀਅਤ ਦਾ ਜੇਕਰ ਮੈਂ ਯੂਰਪ ਦੇ ਵਿੱਚ ਵੀ ਕਰਦਾ ਸਾਹਮਣੇ ਨੌਜਵਾਨ ਜਰਮਨਜੀਤ ਲੱਡਾ ਜਾਂ ਫਿਰ ਸੁਖਵਿੰਦਰ ਸਿੰਘ ਜੀ ਸੰਧਵਾ ਹਰਦਿਆਲ ਸਿੰਘ ਦਾਲਾ ਔਲਖ ਧੀਰਾ ਔਲਖ ਇਹ ਸਾਡੇ ਪਿਆਰੇ ਸੱਜਣ ਇਸ ਧਰਤੀ ਨੂੰ ਅਸੀਂ ਹਮੇਸ਼ਾ ਹੀ ਸਾਂਝਾ ਕਰਦੇ ਰਹਾਂਗੇ ਸਾਹਮਣੇ ਜਰਮਨਜੀਤ ਲੱਡੋ ਦੀ ਕਬੱਡੀ ਹੈ ਉਧਰ ਬਿੰਨੂ ਸਾਂਝੀ ਵਾਲਾ ਕੈਂਚੀ ਲਾਈ ਹੈ ਜੱਸਾ ਵੀ ਭੰਗੋਹੀ ਵਾਲਾ ਸਾਡੀ ਜ਼ਿੰਦਗੀ ਦਾ ਮਿੱਤਰ ਉਹ ਵੀ ਪਹੁੰਚਿਆ ਹੈ ਜਗਤਾਰ ਸਿੰਘ ਜੀ ਪਡੋਲੀ ਸਾਹਿਬ ਉਹ ਵੀ ਪਹੁੰਚਿਆ ਸੁਖਵਿੰਦਰ ਸਿੰਘ ਜੀ ਸੰਧਵਾ ਸਾਹਿਬ ਕਿ ਜਿਸ ਧਰਤੀ ਦਾ ਤਾਈ ਖਾਈਏ ਉਹਦਾ ਬੁਰਾ ਨੀ ਮੰਗੀਦਾ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਪੰਡੀਦਾ ਮੈਂ ਰੇਕੂ ਪਟਵਾਰੀ ਨੂੰ ਇੱਕ ਗੱਲ ਕਹੀ ਮੈਂ ਕਿਹਾ ਪਟਵਾਰੀ ਸਾਹਿਬ ਤੁਸੀਂ ਇਸ ਗੱਲ ਦੇ ਗਵਾਹ ਹੋ ਮੈਂ ਤੁਹਾਨੂੰ ਕਿਹਾ ਕਿ 18 ਸਾਲ ਹੋ ਗਏ ਮੱਝ ਦੀ ਧਰਤੀ ਦਾ ਅੰਨ ਛਕਦੇ ਆ ਪਰ ਇੱਕ ਮੈਨੂੰ ਗੱਲ ਨਜ਼ਰ ਆ ਰਹੀ ਹੈ ਕਿ ਸ੍ਰੀ ਹਰਗੋਬਿੰਦਪੁਰ ਘੁਮਾਣ ਏਰੀਏ ਦੇ ਵਿੱਚ ਖਿਡਾਰੀ ਜਿਹੜੇ ਹੁਣ ਘੱਟ ਹੈ ਆਪਾਂ ਯਤਨ ਕਰੀਏ ਇੱਥੇ ਨਵੀਂ ਪੀੜ੍ਹੀ ਜਿਵੇਂ ਤਿਆਰ ਹੋਵੇ ਜਿਵੇਂ ਤੁਹਾਡੇ ਆਉਣ ਤੋਂ ਪਹਿਲਾਂ ਧੰਦੇ ਚੀਮਾ ਫੁੱਡੀ ਵਾਲੇ ਨੇ ਇੱਥੇ ਮੇਲਾ ਲੁੱਟਿਆ ਇੱਦਾਂ ਦੇ ਖਿਡਾਰੀ ਇਸ ਧਰਤੀ ਤੇ ਹੋਰ ਪਹਿਲਾਂ ਹੁਣ ਲਾਜਵੰਤ ਸਿੰਘ ਜੀ ਲਾਡੀ ਸਾਹਿਬ ਯਤਨ ਕਰੋ ਇਸ ਇਲਾਕੇ ਦੇ ਵਿੱਚ ਕੋਈ ਅਕੈਡਮੀ ਕੋਈ ਕੈਂਪ ਜਿਹੜਾ ਲੱਗੇ ਤੇ ਮੁੜ ਕੇ ਇਸ ਏਰੀਆ ਕਬੱਡੀ ਜਿਹੜੀ ਆ ਉਹ ਫਿਰ ਪਹਿਲਾਂ ਵਾਲੀ ਮੰਜ਼ਿਲ ਤੇ ਪਹੁੰਚੇ ਸਾਹਮਣੇ ਕਿੰਦੀ ਹੈ ਸਰਹਾਰੀ ਵਾਲਾ ਪਰ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਪੁਆਇੰਟ ਨਕੋਦਰ ਦੇ ਖਾਤੇ ਚ ਇਹ ਮੇਰਾ ਨਕੋਦਰ ਸ਼ਹਿਰ ਮਹਾਨ ਕੋਲੇ ਦੁਆਬੇ ਦੀ ਜਿੰਦ ਜਾਨ ਕੋਲੇ ਨਵਾਂ ਸ਼ਹਿਰ ਫੁਲਵਾ ਧਰਤ ਨਕੋਦਰ ਦੀ ਆਵੇ ਦਿਲ ਨੂੰ ਯਾਦ ਤੇਰੂ ਅੱਜ ਵੀ ਕੋਦਰ ਦੀ ਜ਼ਿਆਦਾ ਪੱਲੇ ਬੰਨ ਲਿਆਏ ਨਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈਏ ਸਾਨੂੰ ਕਾਲ ਜਲੰਧਰ ਤੋਂ ਕਰਨ ਦੀ ਕਬੱਡੀ ਹੈ ਨੌਜਵਾਨੋ ਲਾਓ ਜੱਫਾ ਸਾਨੀ ਵਾਲਿਆ ਸਾਹਮਣੇ ਇਹ ਜੱਫਾ ਲੱਕੜਾ ਵਾਲਾ ਜਿੱਥੋਂ ਦੇ ਜੰਗੂ ਨੇ ਲਿਖਿਆ ਕਿ ਗਿੱਧਿਆਂ ਦੀ ਰਾਣੀ ਤੂੰ ਗਿੱਧੇ ਵਿੱਚ ਆ ਜਾਫੀ ਦੇ ਖਾਤੇ ਦੇ ਵਿੱਚ ਨੂਰ ਮਹਿਲ ਦੀ ਧਰਤੀ ਜਿੱਥੇ ਜਹਾਂਗੀਰ ਆਪਣੀ ਬੇਗਮ ਨੂਰ ਜਹਾਂ ਨੂੰ ਮਿਲਣ ਆਇਆ ਕਰਦਾ ਸੀ ਖਾਸ ਟਾਈਮ ਤੱਕ ਨਕੋਦਰ ਦੇ ਪੁਆਇੰਟ ਨੇ 11 ਭਗਵਾਨਪੁਰ ਦੇ ਪੁਆਇੰਟ ਨੇ ਉਨੀ ਮੈਂ ਪ੍ਰਬੰਧਕਾਂ ਨੂੰ ਪੁੱਛਣਾ ਚਾਹਾਂਗਾ ਕਿ ਫਾਈਨਲ ਮੈਚ ਤੋਂ ਪਹਿਲਾਂ ਵੀ ਕੋਈ ਮੈਚ ਹੈਗਾ ਦੱਸਿਆ ਜਾਵੇ
ਸੱਪਾ ਫੜ ਕੇ ਹਾਂਜੀ ਫੱਟਾ ਚੱਕਣਾ ਨੌਜਵਾਨ ਤੂੰ ਵੀ ਟਾਈਮ ਸਾਡੇ ਕੋਲ ਬਹੁਤ ਅੱਛਾ ਨਾ ਗਿਆ ਜਿਹੜਾ ਮੈਚ ਹੋਣਾ ਸੀ ਹਾਂਜੀ ਜੀ ਜਗਦੀਪ ਸਿੰਘ ਜੀ ਇੱਕ ਕੁਇੰਟਲ 40 ਕਿਲੋ ਦਾ ਜਿਹਨਾਂ ਨੇ ਫੱਟਾ ਚੱਕਣਾ ਹੈ ਜਗਦੀਪ ਸਿੰਘ ਜੀ ਸੋ ਸਤਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਦਾ ਅਜੈਬ ਸਿੰਘ ਜੀ ਦਾ ਨਰਿੰਦਰ ਸਿੰਘ ਬੱਬੂ ਜੀ ਦਾ ਪੇਂਡੂ ਕੀਮਾ ਜੀ ਦਾ ਕੁਲਦੀਪ ਸਿੰਘ ਸਲਾਹਕਾਰ ਪਰਮਿੰਦਰ ਸਿੰਘ ਜੀ ਜੇ ਪੀ ਚੀਮਾ ਪੂਰਨ ਸਿੰਘ ਜੀ ਉੱਥੇ ਲਾਜਵੰਤ ਸਿੰਘ ਜੀ ਲਾਟੀ ਇਹ ਸ਼ਖਸੀਅਤ ਦਾ ਜੇਕਰ ਮੈਂ ਵਾਰ ਵਾਰ ਕਹਾਂਗਾ ਕਰਾਂਗਾ ਮੈਨੂੰ ਲੱਗਦਾ ਲਾਟੀ ਭਾਜੀ ਹੋਰ ਕੋਈ ਇਲਾਕਾ ਇੰਨੀਆਂ ਗ੍ਰਾਂਟਾਂ ਨਹੀਂ ਲਿਆ ਸਕਿਆ ਜਿੰਨੀਆਂ ਤੁਸੀਂ ਸਾਬਕਾ ਸਾਹਿਬ ਤੋਂ ਲੈ ਆਏ ਹੋਰ ਤੁਹਾਨੂੰ ਮਾਣ ਹੈ ਸੋ ਲਾਜਵੰਤ ਸਿੰਘ ਜੀ ਲਾਟੀ ਇਹਨਾਂ ਦਾ ਜੇਕਰ ਸਾਡੇ ਇਲਾਕੇ ਚ ਵੀ ਹੁੰਦਾ ਕਿ ਜ਼ਿਆਦਾ ਗ੍ਰਾਂਟ ਜਿਹੜੀ ਹੈ ਸ੍ਰੀ ਹਰਿਮੰਦਪੁਰ ਨੂੰ ਜਾਂਦੀ ਹੈ ਲੋਕਾਂ ਦੇ ਲਈ ਝੋਲੀ ਅੱਡ ਕੇ ਜਾਂਦੇ ਨੇ ਸਾਂਪਲਾ ਸਾਹਿਬ ਦੇ ਕੋਲ ਲਾਜਵੰਤ ਲਾਟੀ ਜੀ ਚੋਣ ਜਾਬਤਾ ਲੱਗਾ ਸਿਕੰਦਰ ਸਿੰਘ ਜੀ ਚੋਣ ਜਾਬਤੇ ਤੋਂ ਬਾਅਦ ਲਾਟੀ ਜੀ ਨੂੰ ਕਹਿ ਦਿੰਦੇ ਹਾਂ ਲਾਟੀ ਸਾਹਿਬ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਦਾ ਵੀ ਆਪਾਂ ਨੇ ਬੂਟਾ ਸਾਰਨਾ ਹੈ ਇਹਨਾਂ ਦੇ ਵੀ ਕੋਈ ਨਾ ਕੋਈ ਚੈੱਕ ਜਿਹੜਾ ਹੈ ਉਹ ਜ਼ਰੂਰ ਕੱਢਣਾ ਹੈ ਸਾਡਾ ਕਿਹੜੀ ਅਫਗਾਨਾ ਵਾਲਾ ਪੁਆਇੰਟ ਹਰੇਕ ਦੇ ਖਾਤੇ ਦੇ ਵਿੱਚ ਜੁੜ ਗਿਆ ਧੰਦਾ ਨੌਜਵਾਨ ਕਰਾਣੇ ਅਰਾਨੀਆਂ ਅਰਾਨੀਆਂ ਇਹ ਅਰਾਨੀਆਂ ਰਾਣੀਪੁਰ ਦੀ ਧਰਤੀ ਦਾ ਪੰਜਾਬ ਨਾਲ ਮੂੰਹ ਤੇ ਚੜ ਗਿਆ ਇਹ ਅਰਾਨੀਆਂ ਰਾਣੀਪੁਰ ਦੀ ਧਰਤੀ ਦਾ ਸੋਹਣਾ ਸਰੀਰ ਹੈ ਕਿ ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ ਖੇਡਣ ਦੀ ਚੇਤਕ ਜੇ ਲੱਗੀ ਹੋਵੇ ਨਾ ਕੋਈ ਫਾਇਦਾ ਨਹੀਂ ਉਹ ਲੀੜੇ ਲਾਉਣ ਦਾ ਜੇ ਰੱਬ ਵੱਲੋਂ ਪਿੰਡੇ ਚ ਕਬੱਡੀ ਹੋਵੇ ਨਾ ਹਰ ਮਨ ਜਲਾਲਪੁਰ ਦੀ ਧਰਤੀ ਦਾ ਇਹ ਅਬਜਿੱਤਰ ਜਲਾਲਪੁਰੀਏ ਦਾ ਪੁੱਤਰ ਇਹਦਾ ਪਿਤਾ ਵੀ ਵੱਡਾ ਖਿਡਾਰੀ ਰਿਹਾ ਕਈ ਮੋਟਰਸਾਈਕਲ ਜਿੱਤ ਚੁੱਕਾ ਹੈ ਤੇ ਸਾਹਮਣੇ ਭੂਰੀ ਗੂੜੇ ਨੰਗਲ ਅਗਲੀ ਰੇਡ ਪਾਉਂਦਾ ਇਹ ਵੱਡਾ ਪਰਿਵਾਰ ਦਾ ਪੁੱਤ ਹੈ ਕਿ ਪੁੱਤ ਹੱਟਾਂ ਤੇ ਨਹੀਂ ਵਿਕਦੇ ਤੂੰ ਲੱਭਦੀ ਫਿਰੇ ਬਾਜ਼ਾਰ ਕਰੇ ਉਹ ਦੇਣ ਹੈ ਤੇਰੇ ਪਾਤੇ ਦੀ ਜਿਹਨੂੰ ਕਹਿੰਦੇ ਨੇ ਕਰਤਾਰ ਕਰੇ ਇਹ ਪੁੱਤ ਹੱਟਾਂ ਤੇ ਨਹੀਂ ਵਿਕਦੇ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਸਾਹਮਣੇ ਆ ਨੌਜਵਾਨ ਬਿੱਲਾ ਮਛਾਰੇ ਵਾਲਾ ਜਿਹੜੇ ਤਰਨ ਤਰਨ ਦਾ ਖਿਡਾਰੀ ਇਹ ਲਾ ਕੇ ਗਰਾਊਂਡ ਵਿੱਚ ਗੇੜੀ ਖੇਲਦੇ ਕਰੇ ਸਰਕਲ ਕਰੇ ਢੇਰੀ ਖੇਲਦੇ ਲੈਂਦੇ ਨੇ ਪੁਆਇੰਟ ਤੇ ਤਬੀ ਹੁੰਦੀ ਵੱਖਰੀ ਮਾਝੇ ਦੇ ਮਰਿਆਲਾ ਦੀ ਕਬੱਡੀ ਹੁੰਦੀ ਵੱਖਰੀ ਸਾਹਮਣੇ ਹਰਮਨ ਜਲਾਲਪੁਰੀਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਇਹ ਕਰ ਹੌਸਲਾ ਮਨਾ ਤੂੰ ਖੇਡ ਤਾਂ ਸਹੀ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ ਸਾਹਮਣੇ ਘੋੜੇ ਦੀ ਕਬੱਡੀ ਹੈ ਘੋੜੇ ਦਾ ਕੁਛ ਕਰਨਾ ਪੈਣਾ ਨੌਜਵਾਨੋ ਘੋੜੇ ਦੇ ਨਾਲ ਦੋ ਹੱਥ ਕਰਨੇ ਪੈਣੇ ਹੈ ਕਦਮ ਵਧਾਉਣਾ ਉਧਰ ਇਹ ਦੱਸਾ ਲਿਤੜਾ ਵਾਲਾ ਆ ਦੂਏ ਪਾਸੇ ਘੋੜਾ ਕਹਿੰਦਾ ਘੋੜੇ ਕਿੱਥੇ ਰੁਕਦੇ ਆ ਘੋੜੇ ਕਿੱਥੇ ਰੁਕਦੇ ਆ ਤੇ ਬਾਹਣਾ ਵਿਕਦੀ ਵੀ ਭੱਜ ਜਾਂਦੇ ਆ ਖਾਤੇ ਦੇ ਵਿੱਚ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਦਾ ਵੀ ਧੰਨਵਾਦ ਹੈ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਦੱਸਣਾ ਕਿ ਬੱਚਿਆਂ ਨੂੰ ਦੱਸਿਓ ਕਬੱਡੀ ਕਿਹਨੂੰ ਕਹਿੰਦੇ ਨੇ ਖੇਡ ਪੰਜਾਬ ਦੀ ਜੱਦੀ ਕਿਹਨੂੰ ਕਹਿੰਦੇ ਨੇ ਲੱਗਦਾ ਹੈ ਜੋੜ ਦੇ ਹਿਸਾਬ ਕਿਹਨੂੰ ਕਹਿੰਦੇ ਨੇ ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ ਸਾਹਮਣੇ 40 ਲੋਕੋ ਵਾਲਾ ਕਹਿੰਦਾ 50,000 ਦਾ ਮੋਟਰਸਾਈਕਲ ਫੜਨਾ ਜੇ ਅੱਜ ਨੀ ਜੱਫੇ ਲਾਉਣੇ ਬਾਟੀ ਤੇ ਲਾਉਣੇ ਕਦੋਂ ਨੂੰ ਹੈ ਬਾਟੀ ਮਦਰਿਆਂ ਵਾਲਾ ਤੇ ਸਾਡਾ ਵੀਰ ਜਸ ਤੇ ਨਾਨਕ ਸਰ ਕਲੱਬ ਗੁਰਦਾਸਪੁਰ ਵੱਲੋਂ ਅੱਜ 40 ਲੋਕੋ ਵਾਲੇ ਨੂੰ ਮੋਟਰਸਾਈਕਲ ਦਿੱਤਾ ਜਾਣਾ ਜੇ ਅੱਜ ਨੀ ਜੱਫੇ ਲਾਉਣੇ ਤੇ ਲਾਉਣੇ ਕਦੋਂ ਨੂੰ ਹੈ ਚਰਮਨਜੀਤ ਸਿੰਘ ਲੱਡਾ ਅਗਲੀ ਰੇਡ ਪਾਉਂਦਾ ਇਹ ਲੱਡਾ ਨਾ ਅੱਕਦਾ ਨਾ ਥੱਕਦਾ ਤੇ ਨਾ ਹਾਰ ਮੰਦ ਕਿਉਂਕਿ ਚੰਗੇ ਇਨਸਾਨ ਲਾਟੀ ਭਾਜੀ ਸਦਾ ਹੀ ਸਫਲਤਾ ਨੂੰ ਸਫਲਤਾ ਤੋਲਦੇ ਹੈ ਜਿਵੇਂ ਜਗਰਾਜ ਸਿੰਘ ਪਠਾਨ ਵਰਗੇ ਸੂਰਮੇ ਮੌਤ ਦੇ ਵਿੱਚੋਂ ਕੌਮਾਂ ਦੀ ਜ਼ਿੰਦਗੀ ਤੋਲਦੇ ਹੈ ਮਹਾਂਪੁਰਸ਼ ਬਾਕੀ ਦੇ ਵਿੱਚੋਂ ਰੱਬ ਤੋਲਦੇ ਹੈ
ਖਿਡਾਰੀ ਹਾਰਾਂ ਦੇ ਵਿੱਚੋਂ ਜਿੱਤਾਂ ਤੋਲਦੇ ਆ। ਜਗਰਾਜ ਸਿੰਘ ਜੀ ਸਰਪੰਚ ਸਾਹਿਬ ਇੱਥੇ ਬੈਠੇ ਸਰਪੰਚ ਸਾਹਿਬ, ਮੈਨੂੰ ਲੱਗਦਾ ਸੀ ਕਿ ਲਾਟੀ ਭਾਜੀ ਲਾ ਕੇ ਬੈਠੇ ਹੈ। ਜਗਰਾਜ ਸਿੰਘ ਜੀ ਤੂਫਾਨ ਘੋੜੇ ਵਾਸਤੇ, ਜਗਰਾਜ ਸਿੰਘ ਜੀ ਭਾਈ ਜਗਰਾਜ ਸਿੰਘ ਜੀ ਸਰਪੰਚ ਸਾਹਿਬ ਘੋੜੇ ਵਾਸਤੇ ਇੱਕ ਮੇਰੀ ਬੇਨਤੀ ਹੈ, ਅਰੇਂਕੂ ਜੀ ਆ ਪੈਸੇ ਫੜ ਲਓ। ਪੂਰਨ ਸਿੰਘ ਜੀ ਦਕੋਹਾ ਜੋ ਬਹਿਨੋਈ ਨੇ ਭਾਈ ਜਗਰਾਜ ਸਿੰਘ ਤੂਫਾਨ ਦੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਮੇਰੇ ਵਾਸਤੇ, ਪੂਰਨ ਸਿੰਘ ਜੀ ਦਕੋਹਾ ਬਹੁਤ ਵੱਡਾ ਮਾਣ ਦਾਸ ਵਾਸਤੇ ਦੇ ਰਿਹਾ ਹੈ। ਉੱਥੇ ਜਗਰਾਜ ਸਿੰਘ ਜੀ ਸਰਪੰਚ ਸਾਹਿਬ 100 ਰੁਪਇਆ ਜਿਹੜਾ ਹੈ ਉਹ ਮਾਣ ਘੋੜੇ ਨੂੰ ਸਾਹਮਣੇ ਰਣੀਆ ਰਾਣੀਪੁਰ ਦੀ ਧਰਤੀ ਦਾ ਇੱਕ ਪਾਸੇ ਹਰਮਨ ਹੈ, ਨਾਲ ਹੀ ਨੌਜਵਾਨ ਕਾਲੀ ਲੋਕੋ ਵਗੈਰਾ ਬੋਲਿਓ ਨੌਜਵਾਨਾਂ, ਮੇਲਾ ਲੁੱਟਣ ਵਾਲੀ ਗੱਲ ਕਰ ਲੈ, ਮੇਲਾ ਲੁੱਟਣ ਵਾਲੀ ਗੱਲ ਕਰ ਲੈ, ਇਹ ਬੋਲਾ ਸੰਧਵਾ ਵਾਲਾ, ਸੰਧਵਾ ਦੀ ਧਰਤੀ ਦਾ ਖਿਡਾਰੀ ਹੈ ਕਹਿੰਦਾ ਨੰਗ ਨਿਰਮਲ ਸਿੰਘ ਜੀ ਬੋਲ। ਬਾਦਸ਼ਾਹ ਅਵਤਾਰ ਲਾਲ ਚੰਦ ਜੰਗਲਾ ਜੱਟ ਜਿਹਨਾਂ ਦੇ ਸਤਾਰ ਨੇ ਤੇ ਕਵੀਸ਼ਰੀ ਵਿੱਚ ਯੋਗਾ ਸਿੰਘ ਜੋਗੀ ਨੂੰ ਸਤਾਰ ਮੰਨਦੇ ਨੇ, ਸਰਦਾਰ ਨਿਰਮਲ ਸਿੰਘ ਜੀ ਬੋਲ, ਬਹੁਤ ਸਾਰਾ ਮਾਣ ਪੰਜਾਬੀ ਮਾਂ ਬੋਲੀ ਦਾ। ਔਰਖਾ ਵਾਲਾ ਕੰਮ ਬਾਊ ਕੰਮ ਕਾਇਮ ਹੋ ਗਿਆ, ਕੰਮ ਕਾਇਮ ਹੋ ਗਿਆ, ਮੈਨੂੰ ਲੱਗਦਾ ਅੰਮ੍ਰਿਤ ਆਸਟ੍ਰੇਲੀਆ ਨੂੰ ਚੜ ਗਿਆ ਔਰਖਾ ਵਾਲਾ। ਜਿਹਨੂੰ ਛੋਟਾ ਡੀਟੀਓ ਕੋਈ ਕਹਿੰਦਾ, ਕੋਈ ਛੋਟਾ ਪਾਲਾ ਜਲਾਬ ਕੋਈ ਆ ਕਹਿੰਦਾ, ਪਰ ਬਾਊ ਮੈਂ ਕਹਿੰਦਾ ਅੰਮ੍ਰਿਤ ਤੇ ਅੰਮ੍ਰਿਤ ਹੈ, ਅੰਮ੍ਰਿਤ ਤੇ ਔਰਖਾ ਵਾਲਾ ਅੰਮ੍ਰਿਤ ਹੈ। ਜਦੋਂ ਵੀ ਕੋਈ ਮਾਣ ਮਾਰ ਦਿੰਦਾ ਕਹਿੰਦਾ ਕਿ ਮੇਰਾ ਮਾਣ ਨਹੀਂ, ਇਹ ਮੇਰੇ ਪਿਤਾ ਦਰਸ਼ਨ ਸਿੰਘ ਦਾ ਮਾਣ ਹੈ, ਇਹਨੇ ਕਦੀ ਵੀ ਨੰਬਰ ਲੈ ਕੇ ਥਾਪੀ ਨਹੀਂ ਮਾਰਦਾ, ਇਹ ਮੈਂ ਨਹੀਂ ਕਹਿੰਦਾ, ਇਹ ਕਬੱਡੀ ਦਾ ਮੀਡੀਆ ਕਹਿੰਦਾ। ਨਵੇਂ ਪ੍ਰੇਰਨਾ ਦੀ ਗੱਲ ਤਾਂ ਕਰ ਰਹੇ ਹਾਂ ਕਿ ਆਉਣ ਵਾਲੀ ਪਨੀਰੀ ਨੂੰ ਵੀ ਕੋਈ ਪ੍ਰੇਰਨਾ ਮਿਲੇ ਕਿ ਮਾਣ ਦੇ ਨਾਲ ਵੀ ਖੇਡਣਾ, ਹਮੇਸ਼ਾ ਨਿਮਰਤਾ ਦੇ ਨਾਲ ਖੇਡਣਾ, ਕਿ ਫਲ ਰੁੱਖਾਂ ਨੂੰ ਲੱਗਦੇ ਤੇ ਸਿੰਬਲਾ ਦਿਮਾਗ ਨਾ ਕਰੀ। ਸਾਹਮਣੇ ਸਾਬਾ ਕੀੜੀ ਫਗਾਨਾ ਵਾਲਾ ਨੌਜਵਾਨ ਢਿੱਲੇ ਜਿਹਾ ਕਿਉਂ ਬੈਠੇ ਆ ਤਾਲੀ ਮਾਰਦੇ, ਢਿੱਲੇ ਜਿਹਾ ਕਿਉਂ ਬੈਠੇ ਆ ਤਾਲੀ ਮਾਰਦੇ। ਉੱਧਰ ਸਾਬਾ ਕੀੜੀ ਫਗਾਨਾ ਵਾਲਾ ਹੁਣ ਰੇਡਰ ਦੇ ਖਾਤੇ ਦੇ ਵਿੱਚ ਤੁਰ ਗਿਆ। ਸੋ ਗੱਤਕਾ ਪਾਰਟੀ ਨੂੰ ਮੈਂ ਬੇਨਤੀ ਕਰਦਾ ਸਿੰਘ ਸਾਹਿਬ ਨੂੰ ਜੋ ਵੀ ਮੈਦਾਨ ਦੇ ਵਿੱਚ ਆਉਣਗੇ ਤੇ ਸਾਡਾ ਬਲਜਿੰਦਰ ਸਿੰਘ ਵੀ ਮਾਈਕ ਤੇ ਹੋਵੇਗਾ, ਇਸ ਤੋਂ ਬਾਅਦ ਕੱਪਤਾ ਸਾਹਮਣੇ ਇੰਦਰਜੀਤ ਦੀ ਕਬੱਡੀ ਹੈ, ਲੋਕੋ ਦੇ ਵਾਲਿਆ ਜੱਫੇ ਦੋ ਹੋਏ ਹੈ, ਜੱਫੇ ਦੋ ਹੋਏ ਹੈ। ਉੱਧਰ ਬੋਲਾ ਸੰਧਵਾ ਵਾਲਾ ਬਾਬੇ ਕਾਲੇ ਮਹਿਰ ਦੀ ਧਰਤੀ ਦਾ ਖਿਡਾਰੀ ਹੈ, ਪਿੱਛੋਂ ਰੇਡਰ ਦੇ ਖਾਤੇ ਦੇ ਵਿੱਚ ਸਾਹਮਣੇ ਘੋੜੇ ਦੀ ਕਬੱਡੀ ਹੈ, ਇਹ ਆ ਘੋੜਾ ਅਗਲੀ ਕਬੱਡੀ ਪਾਉਂਦਾ ਸ਼ਾਮਪੁਰੇ ਵਾਲਾ ਘੋੜਾ, ਜਾਫੀਆਂ ਦੇ ਵਿੱਚ ਤੋਤਾ ਰਾਣੀ ਬਲਾ ਪਿੰਡ ਵਾਲਾ, ਨਾਲ ਹੀ ਜੱਗੂ ਚੋਲਾ ਸਾਹਿਬ ਦੀ ਧਰਤੀ ਆ ਜੀਵਨ, ਤੇ ਨਾਲ ਹੀ ਜੱਸਾ ਲਿਪੜਾ ਵਾਲਾ, ਜੱਸਾ ਲਿਪੜਾ ਵਾਲਾ ਜੱਗੂ ਚੋਲੇ ਵਾਲੇ ਨੇ ਖਾ ਲਿਆ, ਜੱਗੂ ਚੋਲੇ ਵਾਲੇ ਨੇ ਖਾ ਲਿਆ। ਜਾਫੀ ਦੇ ਖਾਤੇ ਦੇ ਘੋੜੇ ਨੇ ਕਸ਼ਿਸ਼ ਨਹੀਂ ਕੋਈ ਵੀ ਛੱਡੀ, ਪੁਆਇੰਟ ਜਿਹੜਾ ਫਿਰ ਵੀ ਜਾਫੀ ਦੇ ਖਾਤੇ ਦੇ ਵਿੱਚ ਤੁਰ ਗਿਆ। ਅਗਲੀ ਰੇਟ ਪਾਉਣ ਦੇ ਲਈ ਰਣੀਆਂ ਰਾਣੀਪੁਰ ਦੀ ਧਰਤੀ ਆ, ਅਗਲੀ ਰੇਟ ਪਾਉਂਦਾ ਇੱਕ ਨੰਬਰ ਤੇ ਬੋਲਾ, ਨਾਲ ਹੀ ਨੌਜਵਾਨ ਕਾਲੀ ਲੋਕੋ ਮੇਰੀ ਧਰਤੀ ਦਾ ਮਾਰਿਆ ਟੱਟ ਰੇਡ ਪੈਂਦੀ ਥਾਪੀ ਮਾਰ ਕੇ ਪੈਂਦੀ ਤੁਰਨੀ ਬਾਕੀ ਤੋਰ, ਇੱਕ ਟੱਟ ਇੱਕ ਨੂੰ ਮਾਰ ਕੇ ਕੱਟਣਾ ਹੁੰਦਿਆਂ ਵੱਲ ਮੋਰ, ਜੇ ਪੁਆਇੰਟ ਰੇਡਰ ਲੈ ਕੇ ਗੱਲ ਹੋ ਜਾਏ ਹੋਰ ਤੋਂ ਹੋਰ। ਸਿਕੰਦਰ ਸਿੰਘ ਜੀ ਕੱਲ ਮੇਲੇ ਦੀ ਵੀ ਹੋਰ ਤੋਂ ਹੋਰ ਹੋ ਗਈ, ਜਦੋਂ ਪਹਿਲੇ ਸਾਲ ਸ਼ੁਰੂ ਹੋਇਆ ਪ੍ਰਦੀਪ ਸਿੰਘ ਜੀ ਉਦੋਂ ਹਲਕਾ ਸੀ, ਮੇਲਾ ਹੋਰ ਵੱਡਾ ਹੋ ਗਿਆ। ਅੱਜ ਆਇਆ ਤੇ ਮੇਰੇ ਦਿਮਾਗ ਨੇ ਕਹਿਤਾ ਕਿ ਮੇਲਾ ਉੱਥੇ ਚਲੇ ਜਾਣਾ ਜਿੱਥੇ ਭਾਈ ਜਗਰਾਜ ਸਿੰਘ ਜੀ ਸ਼ਹੀਦੀ ਦੇ ਜਿੰਨਾ ਇਕੱਠ ਹੋਇਆ ਸੀ, ਇਹ ਮੇਲਾ ਉੱਡਾ ਹੋ ਜਾਣਾ ਜੇ ਪ੍ਰਮਾਤਮਾ ਨੇ ਚਾਹਿਆ, ਕਿਉਂਕਿ ਸੂਰਮਿਆਂ ਦੇ ਸਥਾਨਾਂ ਤੇ ਮੇਲੇ ਜਿਹੜੇ ਆ ਲੱਗਦੇ ਲੱਗਦੇ ਹੈ, ਐਵੇਂ ਹੀ ਤਰੀਕੇ ਵਾਲੇ ਦੇਵ ਨੇ ਕਿਹਾ ਦਾਤਾ ਤੇ ਭਗਤ ਸੂਰਮੇ ਜਿਉਂਦੇ ਜਗ ਰਹਿੰਦੇ ਨੇ, ਯਾਦਾਂ ਵਿੱਚ ਮੇਲੇ ਲੱਗਦੇ ਲੋਕੀ ਨਾਲ ਲੈਂਦੇ ਨੇ, ਦਾਤਾ ਤੇ ਭਗਤ ਸੂਰਮੇ।
सिकंदर सिंह जी प्रधान साहब आया बजिंदरा हम कर ला अपने क्या पूरे अपने क्या पूरे हम कर ला हाँ जी क्या जी मैं चलाना जो भगवान को जो पॉइंट ने तीन अटे नकोट ने पॉइंट ने सतारा भगवान को जो तीन गटू है चल दे मैं चलाना हम गटके के चोर सिंह वालों दिखाए जाएंगे कि पुत तेरे साहब करे निहंग सिंह चक्कर दमालिया वाले राजू बोले तो साढ़े वीर जी 2100 रुपया टूरनामेंट में दे रहे हैं राजू बोले तो फौजी साहब मंगा फौजी जी राजू बोले तो ओवर टू साढ़ा वीर सजिंदर हाँ जी उधर साढ़ा वीर जगदीप सिंह कीला खुदी वाला साढ़ा वीर यहाँ एक क्वेंटल से 50 किलो का एक क्वेंटल दिखाएगा जगदीप सिंह कीमा खुदी वाला